ਕਿ ਤੇ ਭਾਜਣਾ ਓਏ ਆ ਕੀ ਹੋਇਆ ਅੱਖੀ ਛੁੱਟੀ ਸਾਰੀ ਮਾਸਟਰ ਯਨਾਗਨੀ ਆਈ ਆ ਜਾਓ ਬੱਚਿਓ ਹੋਈਏ ਇਕੱਠੇ ਰਲ ਮਿਲ ਰੌਣ ਕਲਾਈਏ ਰੱਖੋ ਕਿਤਾਬਾਂ ਪੈਨ ਕਾਪੀਆਂ ਦੋ ਪਲ ਮਨ ਪਰ ਚਾਹੀਏ मैं तुहाडा अपना विपन जोशी ते अज दीआं रौणकां ने जिहड़ियां ओह लगणगीआं जी एस जी जी सीनियर सैकेंडरी स्कूल गोंदवाल डिस्ट्रिक्ट लुधियाणा जी तो नेड़े शहर पैंदा रायकोट इधर है ना इधर हाँ नेड़े शहर पैंदा जी रायकोट ते छोटे छोटे बच्चे ने ते बड़े बड़े बच्चे ने छोटियां गल्लां भी करांगे ते वड्डियां गल्लां भी करांगे तो जोरदार ताड़ियां नाल सब तो पहला बच्चा तो हाँ जी सतिकार जी ਚੱਲ ਐਕਟਿੰਗ ਦਾ ਕਰਕੇ ਦਿਖਾ ਦੇ ਫਿਰ ਸੂਟ ਵਾਲਾ ਭਾਈ ਸੂਟ ਕਿਵੇਂ ਵੇਚਦਾ ਹੁੰਦਾ ਜਾਂ ਜਨਾਨੀਆਂ ਬੁੜੀਆਂ ਸੂਟਾਂ ਬਾਰੇ ਕਿਵੇਂ ਗੱਲਾਂ ਕਰਦੀਆਂ ਹੁੰਦੀਆਂ ਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਮੇਰਾ ਬੋਲਣ ਦਾ ਉਤਸ਼ਾਹ ਹੈ ਸੂਟਾਂ ਦਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਬੰਦਿਆਂ ਦੇ ਸੂਟਾਂ ਦੀ ਗੱਲ ਬੰਦਿਆਂ ਦੇ ਸੂਟ ਹੁੰਦੇ ਸਿਰਫ ਤਿੰਨ ਚਾਰ ਪ੍ਰਕਾਰ ਦੇ ਹੁਣ ਆਪਾਂ ਗੱਲ ਕਰਦੇ ਬੁੜੀਆਂ ਦੇ ਸੂਟਾਂ ਦੀ ਗੱਲ ਜੇ ਕਿਤੇ ਇੱਕ ਵਿਆਹ 'ਤੇ ਹਜ਼ਾਰ ਬੁੜੀਆਂ ਇਕੱਠੀਆਂ ਹੋ ਜਾਣ ਨਾ ਤਾਂ ਫਿਰ ਨਾ ਉਹਨਾਂ ਦੇ ਸੂਟਾਂ ਦੇ ਰੰਗ ਮੈਚ ਕਰਦੇ ਨਾ ਡਿਜ਼ਾਇਨ ਅਤੇ ਇੱਕ ਦੂਜੀ ਤਾਂ ਪੁੱਛਦੀਆਂ ਰਹਿੰਦੀਆਂ ਨੇ ਭੈਣੇ ਕਿੰਨੇ ਦਾ ਸੂਟ ਆਇਆ ਤੇ ਨਾਲੇ ਕਹਿੰਦੀਆਂ ਨੇ ਹਾਏ ਭੈਣੇ ਕਿੰਨਾ ਸੋਹਣਾ ਸੂਟ ਆ ਤੇ ਬੁੜੀਆਂ ਨਾ ਵਿਆਹ ਤਾਂ ਇੱਕ ਹਫ਼ਤੇ ਪਹਿਲਾਂ ਹੀ ਫੋਨ 'ਤੇ ਡਿਸਕਸ ਕਰਨ ਲੱਗ ਜਾਂਦੀਆਂ ਨੇ ਭੈਣੇ ਤੂੰ ਵਿਆਹ 'ਤੇ ਕਿਹੜੇ ਰੰਗ ਦਾ ਸੂਟ ਪਾਉਣਾ ਭੈਣੇ ਤੂੰ ਵਿਆਹ 'ਤੇ ਕਿਹੜੇ ਰੰਗ ਦਾ ਸੂਟ ਪਾਉਣਾ ਜੇ ਕਿਤੇ ਬੁੜੀਆਂ ਮਰਗ 'ਤੇ ਕੱਢਿਆ ਜਾਣ ਨਾ ਤਾਂ ਫਿਰ ਹਾਏ ਬੀਬੀ ਤੂੰ ਮਰ ਗਿਆ ਬੈਠਦੀਆਂ ਇੱਕ ਦੂਜੀ ਦਾ ਸੂਟ ਫੜ ਕੇ ਕਹਿੰਦੀਆਂ ਨੇ ਭੈਣੇ ਕਿੰਨੇ ਦਾ ਸੂਟ ਆਇਆ ਮੂਰਲੀ ਕਹਿੰਦੀ ਹੁੰਦੀ ਆ ਭੈਣੇ ਤਾਂ 2000 ਦਾ ਆਇਆ ਉਹਦੇ ਬਾਅਦ ਫਿਰ ਤੀਜੀ ਕਹਿੰਦੀ ਹੁੰਦੀ ਆ ਭੈਣੇ ਤੈਨੂੰ ਤਾਂ ਕਿਸੇ ਲਾ ਲਏ ਨੇ ਲੁੱਟ ਲਏ ਤਾਂ ਮੈਨੂੰ ਸਿਰਫ ਵੀ 250 ਦਾ ਲੱਗਦਾ ਮੇਰੇ ਵਾਲਾ ਦੇਖ 3200 ਦਾ ਕਹਿਣ ਨੂੰ ਤਾਂ ਮੇਰੇ ਕੋਲ ਹੋਰ ਗੱਲਾਂ ਨੇ ਜੇ ਕਿਤੇ ਹੋਰ ਕਹਿੰਦੀਆਂ ਨਾ ਤਾਂ ਫਿਰ ਇਹ ਸਾਰੀ ਕੁੜੀਆਂ ਮੈਨੂੰ ਕੁੱਟਣਗੀਆਂ ਇਸ ਕਰਕੇ ਇੱਕ ਗੱਲ ਹੋਰ ਕਹਿੰਦਾ ਇਹਨਾਂ ਨੂੰ ਨਾ ਰਾਤ ਨੂੰ ਸੁੱਟਾਂ ਦੇ ਹੀ ਸੁਪਨੇ ਆਉਂਦੇ ਰਹਿੰਦੇ ਆ ਕੀ ਬਾਤ ਹੈ ਜ਼ੋਰਦਾਰ ਤਾੜੀਆਂ ਸੋ ਹਾਂਜੀ ਇਸ ਤੋਂ ਬਾਅਦ ਆਪਾਂ ਅਗਲਾ ਬੱਚਾ ਬੁਲਾਵਾਂਗੇ ਸੋ ਅਗਲਾ ਬੱਚਾ ਆ ਰਿਹਾ ਜ਼ੋਰਦਾਰ ਤਾੜੀਆਂ ਇਸ ਦੇ ਭਰਾ ਲਈ ਵੀ ਆ ਜਾਓ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਮਾਈਕ ਉੱਪਰ ਕਰ ਲਓ ਕੀ ਨਾਮ ਹੈ ਨਜ਼ਾਕਤ ਨਜ਼ਾਕਤ ਕਿੰਨਾ ਸੋਹਣਾ ਨਾਮ ਹੈ ਨਜ਼ਾਕਤ ਅਤੇ ਕੀ ਕਰਕੇ ਦਿਖਾਓਗੇ ਹੁਣ ਕਿਹੜਾ ਫਿਰੋਜ਼ ਖਾਨ ਦਾ ਸੌਂਗ ਆ ਫਿਰੋਜ਼ ਖਾਨ ਦਾ ਸੋ ਸੁਣਦੇ ਜੀ ਆਪਾਂ ਸਾਰੇ ਆਉਣ ਦੇ ਹੋ 12 ਸਾਲ ਮੈਂ ਹੋ ਵੇਲੇ ਗਾਏ ਨੀ ਦੱਸ ਮੇਰੇ ਕਿਹੜੇ ਕੰਮ ਆਏ ਫਿਰ ਸਿਆਲੀ ਵਾਂਗ ਸ਼ੁਦਾਈਆਂ ਕੰਨ ਪੜਵਾ ਕੇ ਮੁੰਦਰਾਂ ਪਾਈਆਂ ਵੇਲਿਆਂ ਦੇ ਵਿੱਚ ਹਾਲ ਦੁਹਾਈਆਂ ਪਾਵਾਂ ਮੇਰੀ ਇਹੀ ਦੇਣੀ ਖਾਲੀ ਹੱਥ ਕਿੰਜ ਤਖਤ ਹਜ਼ਾਰੇ ਜਾਵਾਂ ਮੇਰੀ ਇਹੀ ਦੇਣੀ ਖਾਲੀ ਹੱਥ ਕਿੰਜ ਤਖਤ ਹਜ਼ਾਰੇ ਹੋ ਜਾਵਾਂ ਮੇਰੀ ਇਹੀ ਰਹਿਣੀ ਖਾਲੀ ਹੱਥ ਕਿੰਜ ਤਖਤ ਹਜ਼ਾਰੇ ਹੋ ਕਿੰਨੇ ਕੁ ਟਾਈਮ ਤੋਂ ਸਿੱਖ ਰਹੇ ਹੋ ਮਿਊਜ਼ਿਕ ਕਰੀ ਅੱਛਾ ਖੁਦ ਹੀ ਪਾਪਾ ਸਿੱਖਿਆ ਉਹਦੇ ਨੇ ਸੋ ਬਹੁਤ ਵਧੀਆ ਸੋ ਜ਼ੋਰਦਾਰ ਤਾੜੀਆਂ ਭਰਾ ਲਈ ਅਤੇ ਆ ਪਿਓਰ ਰੂਟ ਦਾ ਗਿਫਟ ਤੁਹਾਡੇ ਲਈ ਹੈ ਅਤੇ ਪਿਆਰਾ ਹੈ ਗਿਫਟ ਤੁਹਾਡੇ ਲਈ ਸੋ ਥੈਂਕ ਯੂ ਸੋ ਹਾਂਜੀ ਇਸ ਤੋਂ ਬਾਅਦ ਜ਼ੋਰਦਾਰ ਤਾੜੀਆਂ ਅਗਲੇ ਬੱਚੇ ਲਈ ਸੋ ਆ ਜਾਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਠੀਕ ਠਾਕ ਹੋ ਕੀ ਨਾਮ ਹੈ ਗੁਰਜੋਤ ਸਿੰਘ ਵੀਰੇ ਗੁਰਜੋਤ ਸਿੰਘ ਕਿਹੜੀ ਕਲਾਸ 'ਚ ਪਲੱਸ 2 ਕਮਰਸ ਪਲੱਸ 2 ਕਮਰਸ
ਤੇ ਹੁਣ ਕੀ ਕਰਕੇ ਦਿਖਾਓਗੇ? ਉਹ ਇੱਕ ਹੁਣ ਜਿਵੇਂ ਐਂਟਰਟੇਨਮੈਂਟ ਦਾ ਜ਼ਮਾਨਾ ਵਾ, ਐਂਟਰਟੇਨਮੈਂਟ ਦੇ ਥਰੂ ਇੱਕ ਸੁਰਮਾ ਪੇਸ਼ ਜਿਹੜਾ ਬਸ 'ਚ ਭਾਈ ਸੁਰਮਾ ਵੇਚਦਾ ਹੁੰਦਾ। ਸੋ ਇਹ ਬੱਸ ਵਾਲਾ ਭਾਈ ਜੀ, ਮਤਲਬ ਮੁੰਡਾ ਸਕੂਲ ਹੈ ਅਤੇ ਬੱਸ ਵਾਲੇ ਭਾਈ ਦੀ ਐਕਟਿੰਗ ਕਰਕੇ ਦਿਖਾਓ ਜਿਹੜਾ ਸੁਰਮਾ ਵੇਚਦਾ ਹੁੰਦਾ, ਹੈ ਨਾ? ਸੋ ਇੱਧਰ ਦੇਖ ਕੇ ਅੱਜ ਦੇਖਾਂਗੇ, ਫਿਰ ਉਦੋਂ ਬਾਅਦ ਪੁੱਛਣਾ ਤੈਨੇ ਹੱਥ ਖੜ੍ਹੇ ਕਰਾਉਣਗੇ ਵੀ ਮੇਰੀ ਮਤਲਬ ਸੁਰਮਾ ਕਿਹਨੂੰ ਪਸੰਦ ਆਇਆ। ਸੋ ਜਿੰਨੇ ਵੱਧ ਹੋਏ ਉੱਨੀ ਪਰਫੋਰਮੈਂਸ ਘੈਂਟ ਹੋਈ। ਠੀਕ ਹੈ, ਆਉਣ ਦੇ ਫਿਰ। ਮੇਰੇ ਵੱਲੋਂ ਸਾਰਿਆਂ ਨੂੰ ਸਲਾਮ ਹੋਵੇ, ਸਿਆਣਿਆਂ ਨਿਆਣਿਆਂ ਬਜ਼ੁਰਗਾਂ ਮਾਤਾਵਾਂ ਨੂੰ ਵੀ ਸਲਾਮ ਹੋਵੇ। ਲਾਰੀ ਵਾਲਾ ਜੇ ਕੁਝ ਦੇਰ ਖਲੋਵੇਗਾ, ਸੁਰਮੇ ਵਾਲਾ ਬਾਈ ਤੁਸੀਂ ਸੁਣਿਆ ਤਾਂ ਹੋਵੇਗਾ, ਕਿੰਨੀਆਂ ਦਵਾਈਆਂ ਦੇ ਸੁਰਮੇ 'ਚ ਜੋੜ ਹੈ, ਕਿੰਨੀਆਂ ਦਵਾਈਆਂ ਦੇ ਸੁਰਮੇ 'ਚ ਜੋੜ ਹੈ, 30-60 ਜੜੀ ਬੂਟੀਆਂ ਦੇ ਅਰਕ ਦਾ ਨਿਚੋੜ ਹੈ। ਭਾਵੇਂ ਕਿੱਡੀ ਸੁੱਜੀ ਹੋਈ ਅੱਖ ਹੋਵੇ, ਲਾਲੀਆਂ ਦੇ ਚੋਬਾਂ ਦੀ ਸਤਾਈ ਹੋਈ ਅੱਖ ਹੋਵੇ, ਧੁੰਦ ਹੋਵੇ ਜਾਲਾ ਹੋਵੇ, ਭਾਵੇਂ ਹੁਣ ਕੁੱਕਰੇ, ਜੇ ਚੰਨ ਦਾ ਚਾਨਣ ਵੀ ਅੱਖੀਆਂ ਨਾ ਸਹਿੰਦੀਆਂ, ਉੱਠਦਿਆਂ ਬਹਿੰਦਿਆਂ ਚੀਸਾਂ ਨੇ ਪੈਂਦੀਆਂ। ਪੀੜ ਮੁੱਕ ਜਾਂਦੀ ਹੈ, ਸੋਜ ਲੈ ਜਾਂਦੀ ਹੈ, ਪੀੜ ਮੁੱਕ ਜਾਂਦੀ ਹੈ, ਸੋਜ ਲੈ ਜਾਂਦੀ ਹੈ, ਇੱਕੋ ਹੀ ਸਲਾਈ ਨਾ ਬੀਬਾ ਠੰਡ ਪੈ ਜਾਂਦੀ ਹੈ। ਪਾਉਣਾ ਹੋਵੇ ਸੁਰਮਾ ਉਹ ਨਾਜ਼ ਕਰ ਸਕਦਾ ਹੈ, ਪਾਉਣਾ ਹੋਵੇ ਸੁਰਮਾ ਨਾਜ਼ ਕਰ ਸਕਦਾ ਹੈ, ਲੋੜ ਹੋਵੇ ਜਿਸ ਨੂੰ ਆਵਾਜ਼ ਕਰ ਸਕਦਾ ਹੈ। 100 ਦੀ ਨਾ 50 ਦੀ ਨਾ 30 ਵਾਲੀ ਬਾਤ ਹੈ, ਲਾਰੀ ਦੇ ਮੁਸਾਫਰਾਂ ਨੂੰ ਖਾਸ ਹੀ ਰਾਇਤ ਹੈ, ਸੁਰਮਾ ਬਸ 10 ਰੁਪਏ 10 ਰੁਪਏ 10 ਰੁਪਏ। ਬਹੁਤ ਸੋਹਣਾ, ਜ਼ੋਰਦਾਰ ਤਾੜੀਆਂ ਭਰਾ ਲਈ, ਥੈਂਕ ਯੂ ਥੈਂਕ ਯੂ ਥੈਂਕ ਯੂ। ਵਾਹ ਜੀ ਵਾਹ, ਕਿਆ ਬਾਤ, ਇੰਨੀ ਗਿਣਤੀ ਕੀ ਕਰਕੇ ਦਿਖਾਓਗੇ ਪੁੱਤ? ਕਿਹੜਾ? ਰੱਤੀ ਤੇਰੀ ਵੇ ਢੋਲ ਮੇਰਿਆ ਲੁੰਗੀ ਵੇ। ਓਹੋ ਕਿਆ ਬਾਤ ਹੈ, ਸੋ ਆਜੋ ਪੋਜੀਸ਼ਨ ਲੈ ਲਓ ਪੁੱਤ ਇੱਧਰ। ਕਿਆ ਬਾਤ ਹੈ, ਜ਼ੋਰਦਾਰ ਤਾੜੀਆਂ ਸਾਰੀ ਟੀਮ ਲਈ, ਬਹੁਤ ਸੋਹਣੀ ਪਰਫਾਰਮੈਂਸ ਤੁਹਾਡੀ ਸਾਰਿਆਂ ਦੀ। ਪੁੱਤ ਤਿਆਰ ਕਿੰਨਾ ਨੇ ਕਰਾਇਆ ਤੁਹਾਨੂੰ ਇਹ? ਰਿੱਕੀ ਸਰ ਹੈ, ਰਿੱਕੀ ਸਰ ਲਈ ਵੀ ਜ਼ੋਰਦਾਰ ਤਾੜੀਆਂ, ਅਤੇ ਬਹੁਤ ਸੋਹਣਾ ਇੰਸਟਰੂਮੈਂਟ ਪਲੇਅ ਕੀਤਾ ਸਰ ਹੋਰਾਂ ਨੇ। ਸੋ ਥੈਂਕ ਯੂ ਪੁੱਤ, ਥੈਂਕ ਯੂ ਸਰ। ਹਾਂਜੀ, ਇਸ ਤੋਂ ਬਾਅਦ ਜਿਹੜੀ ਅਗਲੀ ਪਰਫਾਰਮੈਂਸ ਹੈ, ਪਰਫਾਰਮੈਂਸ ਕਹੀਏ ਜਾਂ ਅਸੀਂ ਕੀ ਕਹੀਏ ਉਹਨੂੰ, ਸੋ ਬੜਾ ਪਿਆਰ ਮਿਲਦਾ ਜਦੋਂ ਸਕੂਲਾਂ ਦੇ ਵਿੱਚ ਜਾਂਦੇ ਹਾਂ। ਸੋ ਆਹ ਇੰਨੇ ਬੱਚੇ ਆਏ ਨੇ, ਸੋ
ਬੱਚਿਆਂ ਨੇ ਗਿਫਟ ਲਿਆਉਂਦੇ ਨੇ। ਸੋ 1 2 3 4 5 6 7 8 9 10 11 12 13 14 15 ਬੱਚੇ ਅਤੇ 15 ਗਿਫਟ। ਸੋ ਇਹ ਛੋਟੇ ਵੱਡੇ ਗਿਫਟ ਨਹੀਂ, ਇਹ ਮੇਰੇ ਲਈ ਬਹੁਤ ਵੱਡਾ ਮਾਣ ਹੈ ਅਤੇ ਬਹੁਤ ਪਿਆਰ ਹੈ। ਸੋ ਮੇਰੇ ਵੱਲੋਂ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਥੈਂਕ ਯੂ ਹੈ ਪਹਿਲਾਂ ਤਾਂ। ਸੋ ਪਹਿਲਾਂ ਤਾਂ ਆਪ ਇਸ ਭੈਣ ਤੋਂ ਲੈਂਦੇ ਹਾਂ ਗਿਫਟ ਆਪਾਂ। ਸੋ ਭੈਣ ਨਾਲ ਜੀ ਇੱਕ ਯਾਦਗਾਰੀ ਫੋਟੋ। ਸੋ ਥੈਂਕ ਯੂ ਭੈਣ ਮੇਰੀ। ਸੋ ਹੈ ਕੀ ਇਹਦੇ ਵਿੱਚ ਵੈਸੇ? ਸਰ ਇਸ ਵਿੱਚ ਇੱਕ ਫਰੇਮ ਆ ਜਿਸ 'ਤੇ ਫਲਾਵਰਸ ਨਾਲ ਬਹੁਤ ਵਧੀਆ ਡਰਾਇੰਗ ਹੋਈ ਹੋਈ। ਕਿਆ ਬਾਤ ਹੈ, ਥੈਂਕ ਯੂ ਭੈਣ ਮੇਰੀ ਹੈ, ਪਰਮਾਤਮਾ ਕਰੇ ਚੜ੍ਹਦੀ ਕਲਾ 'ਚ ਰਹੋ। ਸੋ ਤਾੜੀਆਂ ਲਾਓ ਜੀ ਇਹਨਾਂ ਸਾਰੇ ਬੱਚਿਆਂ ਲਈ ਜੋ ਭੈਣ ਹੋ ਰਹੇ ਨੇ। ਸੋ ਥੈਂਕ ਯੂ ਭੈਣ ਮੇਰੀ ਹੈ। ਸੋ ਆਏ ਨੇ ਫੜ ਕੇ ਰੱਖ, ਮੈਂ ਅੱਗੋਂ ਇਕੱਠੇ ਕਰ ਲਿਆ ਵਾਂ, ਹੈ ਨਾ। ਸੋ ਆਹ ਕਿਆ ਬਾਤ ਆ ਜੀ, ਬਹੁਤ ਪਿਆਰੀ ਜੀ ਫੋਟੋ, ਅਤੇ ਥੈਂਕ ਯੂ ਭੈਣ ਮੇਰੀ ਹੈ। ਸੋ ਬਣਾਇਆ ਕਾਹਦੇ ਨਾਲ ਇਹ? ਪੇਪਰ ਨਾਲ। ਸੋ ਪੇਪਰ ਵਰਕ ਕਰਿਆ ਹੋਇਆ ਜੀ ਸਾਰਾ। ਸੋ ਬਹੁਤ ਘੈਂਟ ਹੈ ਇਹ। ਸੋ ਹਾਂਜੀ ਆ ਜੀ ਸਰਦਾਰ ਸਾਹਿਬ, ਕਿਆ ਬਾਤ ਹੈ। ਸੋ ਸਕੈਚ ਤਿਆਰ ਕਰਿਆ ਜੀ ਬੱਚੇ ਨੇ, ਸੋ ਬਹੁਤ ਪਿਆਰਾ। ਕਿੰਨਾ ਟਾਈਮ ਲੱਗ ਗਿਆ ਸੀ? 2 ਦਿਨਾਂ 'ਚ। ਸੋ ਥੈਂਕ ਯੂ ਪੁੱਤ ਮੇਰਿਆ। ਸੋ ਆਹ ਭੈਣ ਨੇ ਵੈਲਕਮ ਨੋਟ ਦਿੱਤਾ ਜੀ। ਸੋ ਥੈਂਕ ਯੂ ਭੈਣ, ਥੈਂਕ ਯੂ। ਸੋ ਹਾਂਜੀ ਇਸ ਭੈਣ ਨੇ ਵੀ ਸਕੂਲ ਦਾ SGG ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਰਾਏਕੋਟ ਦਾ ਪੇਪਰ ਬਣਾ ਕੇ ਦਿੱਤਾ ਜੀ। ਸੋ ਥੈਂਕ ਯੂ ਭੈਣ ਮੇਰੀ, ਤੈਨੂੰ ਵੀ। ਸੋ ਇਹਦੇ 'ਚ ਕੀ ਹੈ ਪੁੱਤ? ਕਿਆ ਬਾਤ ਹੈ, ਕੱਪ 'ਚ ਚਾਹ ਪੀਆ ਕਰਾਂ ਆਪਾਂ, ਹੈ ਨਾ। ਕਿਆ ਬਾਤ ਹੈ, ਸੋ ਥੈਂਕ ਯੂ ਭੈਣ। ਸੋ ਆਹ ਨਹੀਂ ਤੂੰ ਫੜ ਕੇ ਰੱਖ, ਮੈਂ ਤੂੰ ਬਾਅਦ 'ਚ ਫੜਦਾ ਨਾ, ਤੂੰ ਅੱਗੇ ਖਾ ਸਕਦਾ ਕੁਛ ਹੈ। ਸੋ ਆਹ ਭੈਣ ਵੱਲੋਂ ਪਿਆਰੇ ਜੀ ਫੁੱਲ। ਸੋ ਥੈਂਕ ਯੂ ਭੈਣ, ਥੈਂਕ ਯੂ, ਥੈਂਕ ਯੂ। ਸੋ ਆਹ ਭਾਈ ਵੱਲੋਂ ਬਹੁਤ ਪਿਆਰਾ ਜਿਹਾ ਗਿਫਟ। ਹਾਂਜੀ ਜੀ, ਘਰੇ ਤਾਂ ਨਹੀਂ ਕੁਛ ਕਿਹਾ ਤੂੰ ਤਿਆਰ ਕਰ ਰਹੀ ਸੀ? ਮਾੜਾ ਮੋਟਾ ਵੀ ਆਹ ਕੀ ਕਰੀ ਜਾਂਦੇ ਹੋ, ਕੰਮ ਪੜ੍ਹ ਲਓ ਪੜ੍ਹ ਲਓ, ਕਿਹਾ ਨਹੀਂ ਹੈਗਾ? ਚਲੋ ਕੋਈ ਨਹੀਂ, ਪਿਆਰ ਆ ਜੀ ਬੱਚਿਆਂ ਦਾ। ਸੋ ਧੰਨਵਾਦ ਸਾਰਿਆਂ ਦਾ, ਆਹ ਤੂੰ ਫੜ ਕੇ ਰੱਖ, ਮੈਂ ਤੂੰ ਫੜਨਾ ਕੇ। ਸੋ ਆਹ ਭਰਾ ਵੱਲੋਂ ਬੜਾ ਸੋਹਣਾ ਜਿਹਾ ਅਤੇ ਪਿਆਰਾ ਜਿਹਾ, ਸੋ ਉੱਪਰੋਂ ਖੁੱਲਦਾ ਵੀ ਹੈ ਅਤੇ ਵਿੱਚ ਇਹਦੇ ਹੈਗੇ ਨੇ ਫਲਾਵਰ, ਹੈ ਨਾ। ਸੋ ਥੈਂਕ ਯੂ, ਥੈਂਕ ਯੂ। ਸੋ ਆਹ ਵੱਡੇ ਫਲਾਵਰ ਨੇ ਜੀ। ਸੋ ਥੈਂਕ ਯੂ ਭਰਾ ਤੇਰਾ ਵੀ। ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਸੋ ਆਹ ਭੈਣ ਨੇ ਬਹੁਤ ਸੋਹਣੀ ਪਿਆਰੀ ਜੀ ਇੱਕ ਫੋਟੋ ਫਰੇਮ ਕਰਾ ਕੇ ਦਿੱਤੀ ਹੈ। ਸੋ ਥੈਂਕ ਯੂ ਭੈਣ, ਥੈਂਕ ਯੂ। ਆਹ ਤੂੰ ਫੜ ਕੇ ਰੱਖ ਸਾਰਾ ਕੁਛ, ਠੀਕ ਹੈ, ਮੈਂ ਬਾਅਦ 'ਚ ਫੜਨਾ ਇਕੱਠੇ ਤੋਂ। ਸੋ ਹਾਂਜੀ ਭਰਾ, ਕਿਆ ਬਾਤ ਆ। ਸੋ ਭਰਾ ਨੇ ਬਹੁਤ ਸੋਹਣੀ ਸਕੈਚ ਤਿਆਰ ਕਰਿਆ ਗਾ। ਸੋ ਕਿੰਨੇ ਕੁ ਟਾਈਮ ਤੁਸੀਂ ਸਕੈਚ ਦਾ ਜਿਹੜਾ? 1 ਦਿਨ 'ਚ। ਚਲੋ ਕਿਆ ਬਾਤ ਆ ਜੀ। ਸੋ ਆਹ ਭੈਣ ਵੱਲੋਂ ਬੜਾ ਪਿਆਰਾ ਜਿਹਾ ਗਿਫਟ ਹੈ ਜੀ। ਸੋ ਇਹ ਆਪਾਂ ਕਮਰੇ ਦੇ ਵਿੱਚ ਟੰਗਾਂਗੇ ਕਿ ਭੈਣ ਉਹਨਾਂ ਨੂੰ ਯਾਦ ਕਰਿਆ ਕਰਾਂਗੇ ਵੀ SGG ਸਕੂਲ ਵਿੱਚ ਗਏ ਸੀ ਅਤੇ ਇੰਨੇ ਗਿਫਟ ਮਿਲੇ ਸੀ ਉੱਥੇ। ਸੋ ਆਪ ਤੁਸੀਂ ਫੜ ਕੇ ਰੱਖੋ, ਮੈਂ ਤੁਹਾਡੇ ਤੋਂ ਆ ਕੇ ਫੜਦਾ, ਹੈ ਨਾ। ਸੋ ਆਹ ਭੈਣ ਨੇ ਇੱਕ ਹੋਰ ਫੋਟੋ ਫਰੇਮ ਕਰਾ ਕੇ ਦਿੱਤੀ ਹੈ। ਸੋ ਸਾਰੇ ਬੱਚਿਆਂ ਲਈ ਜ਼ੋਰਦਾਰ ਤਾੜੀਆਂ, ਬਹੁਤ ਪਿਆਰ ਤੁਹਾਡਾ ਅਤੇ ਸਤਿਕਾਰ। ਸੋ ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਹਾਂਜੀ ਇਸ ਤੋਂ ਬਾਅਦ ਦੇਖਦੇ ਹਾਂ ਜੀ ਆਪਾਂ ਇਸ ਸਕੂਲ ਦੇ ਮੁੰਡਿਆਂ ਦਾ ਮਲਵਈ ਕਿੱਦਾਂ। ਸੋ ਬੇਟਾ ਜ਼ੋਰਦਾਰ ਤਾੜੀਆਂ ਨਾਲ ਮਲਵਈ ਕਿੱਦਾਂ ਵਾਲੇ ਮੁੰਡੇ, ਹਾਂਜੀ। ਨਾਮ ਸਤਿਗੁਰ ਦਾ ਲਈਏ ਜਿਸਨੇ ਸੋਹਣਾ ਜਗਤ ਬਣਾਇਆ, ਵੀ ਭਾਂਤ ਭਾਂਤ ਦੇ ਫੁੱਲ ਖੜਾ ਕੇ, ਉਹ ਭਾਂਤ ਭਾਂਤ ਦੇ ਫੁੱਲ ਖੜਾ ਕੇ ਸੋਹਣਾ ਬਾਗ ਸਜਾਇਆ, ਵੀ ਕਦੇ ਕਿਸੇ ਦੀ ਕਹੀ ਨਾ ਕਰਦਾ, ਉਹ ਕਦੇ ਕਿਸੇ ਦੀ ਕਹੀ ਨਾ ਕਰਦਾ, ਕਰਦਾ ਜੋ ਮਨ ਆਇਆ, ਕੱਦਾ ਪਾ ਮੁੰਡਿਆ। SGG ਦੇ ਮੁੰਡੇ ਸੁਣੀ ਦੇ ਰੱਖ ਦੇ ਮੁੱਛਾਂ ਕੁੰਡੀਆਂ, ਬਈ ਜਣੀ ਖਣੀ ਨਾਲ ਵਿਆਹ ਨਹੀਂ ਕਰਾਉਂਦੇ, ਬਈ ਜਣੀ ਖਣੀ ਨਾਲ ਵਿਆਹ ਨਹੀਂ ਕਰਾਉਂਦੇ, ਵਿਆਹ ਕੇ ਲਿਆਉਂਦੇ ਪਰੀਆਂ ਤੇਰੇ ਜੀਆਂ ਛੱਤੀ ਕੁੜੀਆਂ, ਉਹ ਤੇ ਇੱਕ ਗੇਟ ਤੇ ਖੜੀਆਂ ਤੇਰੇ ਜੀਆਂ ਛੱਤੀ ਕੁੜੀਆਂ, ਉਹ ਤੇ ਮੁੱਕਰ ਜਾਣਾ ਮਰਨ ਬਰੋਬਰ, ਰੱਖੀਏ ਬੋਲ ਪਕਾ ਕੇ ਗੱਲਾਂ ਕੰਮ ਦੀਆਂ, ਹੁਣ ਮਿੱਤਰਾ ਕੰਨ ਲਾ ਕੇ ਗੱਲਾਂ ਕੰਮ ਦੀਆਂ। ਬਾਰੀ ਬਰਸੀ ਖੱਟਣ ਗਿਆ ਸੀ, ਉਹ ਕੀ ਜਾਂਦਾ
ਉਹ ਖੱਟ ਕੇ ਲਿਆਂਦੇ ਪਾਵੇ ਛੜਿਆਂ ਦੀ ਮਾਂ ਮਰ ਗਈ ਕੋਈ ਧਰਤੀ ਪਿੱਟਣ ਨਾ ਛੜਿਆਂ ਦੀ ਮਾਂ ਮਰ ਗਈ ਬਰਸੀ ਖੱਟਣ ਗਿਆ ਸੀ ਉਹ ਖੱਟ ਕੇ ਲਿਆਂਦੀ ਲੋਈ ਉਹ ਪੁੱਠੇ ਸਿੱਧੇ ਵਾਲਾਂ ਵਾਲੀਏ ਤੇ ਤੂੰ ਦਸਵੀਂ ਪਾਸ ਨਾ ਤੂੰ ਤਿਆਰ ਕੀ ਨੀ ਕਰਵਾਇਆ ਸੀ ਵੀਰੇ ਦਵਿੰਦਰ ਸਰ ਨੇ ਜੀ ਦਵਿੰਦਰ ਸਰ ਲਈ ਜ਼ੋਰਦਾਰ ਤਾੜੀ ਇੱਕ ਵਾਰੀ ਫੇਰ ਤੋਂ ਕਿੰਨੇ ਕੁ ਟਾਈਮ ਤੋਂ ਦਿਨਾਂ ਤੋਂ ਤਿਆਰੀ ਕੀਤੀ ਸੀ ਪੰਜ ਦਿਨਾਂ ਤੋਂ ਬਹੁਤ ਵਧੀਆ ਗੱਲ ਹੈ ਅਤੇ ਹੁਣ ਤੁਸੀਂ ਵੱਡੇ ਹੋ ਕੇ ਜ਼ਿੰਦਗੀ 'ਚ ਅੱਗੇ ਕੀ ਬਣਨਾ ਟੈਟੂ ਆਰਟਿਸਟ ਹੈ ਜੀ ਟੈਟੂ ਆਰਟਿਸਟ ਟੈਟੂ ਆਰਟਿਸਟ ਮਤਲਬ ਟੈਟੂ ਬਣਾਇਆ ਕਰੂੰਗਾ ਚਲੋ ਵਧੀਆ ਗੱਲ ਅੱਜ ਕੱਲ੍ਹ ਬਹੁਤ ਚੱਲ ਰਿਹਾ ਟਰੈਂਡ ਟੈਟੂਆਂ ਦਾ ਤੁਸੀਂ ਭਰਾ ਵੱਡੇ ਹੋ ਕੇ ਸੀਏ ਵੀਰੇ ਚਾਰਟਰਡ ਅਕਾਊਂਟੈਂਟ ਅੱਛਾ ਵਧੀਆ ਵਧੀਆ ਤੁਸੀਂ ਆਈਲੈਟਸ ਕਰ ਰਹੇ ਤੁਸੀਂ ਵੱਡੇ ਹੋ ਕੇ ਕ੍ਰਿਕਟਰ ਬਣਨਾ ਜੀ ਵੈਰੀ ਗੁੱਡ ਭਰਾ ਤੁਸੀਂ ਫੋਰਨ ਹੀ ਜਾਣਾ ਫੋਰਨ ਕਿਹੜੇ ਕੈਨੇਡਾ ਆਪਾਂ ਖੇਤੀ ਕਰਾਂਗੇ ਅਪਰ ਲੈਵਲ ਦੀ ਖੇਤੀ ਉੱਪਰਲੇ ਲੈਵਲ ਦੀ ਜਿਵੇਂ ਕਿ ਕਿਹੜੇ ਕਿਹੜੇ ਫਸਲਾਂ ਸਪੈਸ਼ਲ ਜਿਵੇਂ ਜੀ ਸਾਰੀਆਂ ਕੰਪਨੀ ਨੇ ਵੱਧ ਜਿਵੇਂ ਜ਼ਮੀਨ 200-300 ਕਿੱਲਾ ਵਧੀਆ 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 ਗੱਲ ਹਾਂਜੀ ਅਤੇ ਬਾਹਰ ਜਾਵਾਂਗੇ ਚਲੋ ਵਧੀਆ ਗੱਲ ਹੈ ਸੋ ਬਹੁਤ ਵਧੀਆ ਸੋਚ ਹੈ ਜੀ ਮੁੰਡਿਆਂ ਦੀ ਜ਼ੋਰਦਾਰ ਤਾੜੀਆਂ ਇਹਨਾਂ ਸਾਰੇ ਮੁੰਡਿਆਂ ਲਈ ਸੋ ਥੈਂਕ ਯੂ ਭਰਾ SGG ਸੀਨੀਅਰ ਸੈਕੈਂਡਰੀ ਸਕੂਲ ਗੋਂਦਵਾਲ ਰਾਏਕੋਟ ਵਿੱਚ ਰੌਣਕ ਐਵੇਂ ਲੱਗਣਗੀਆਂ ਤੁਸੀਂ ਕਿਤੇ ਨਹੀਂ ਜਾਣਾ ਛੋਟੀ ਜੀ ਬ੍ਰੇਕ ਦਾ ਵੇਲਾ ਹੋ ਗਿਆ ਸੋ ਮਿਲਦੇ ਹਾਂ ਇੱਕ ਛੋਟੀ ਜੀ ਸੋ ਹਾਂਜੀ ਬ੍ਰੇਕ ਤੋਂ ਬਾਅਦ ਅਸੀਂ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਫੈਮਿਲੀ ਪ੍ਰੋਗਰਾਮ ਸੋ ਪ੍ਰੋਗਰਾਮ ਦਾ ਨਾਮ ਸਾਰੇ ਬੱਚੇ ਬੋਲਣਗੇ ਬੇਟਾ ਸ਼ੋਅ ਦਾ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਰਿਆਨਵੀਰ ਕੀ ਕਰਕੇ ਦਿਖਾਓਗੇ ਹੁਣ ਸਾਨੂੰ ਚੁਟਕਲਾ ਚਲੋ ਚੁਟਕਲਾ ਸੁਣਦੇ ਹਾਂ ਜੀ ਪਹਿਲਾਂ ਰਿਆਨਵੀਰ ਦਾ ਸੁਣਾ ਦੇ ਪੁੱਤ ਤਿੰਨ ਦੋਸਤ ਹੁੰਦੇ ਸੀ ਕਿੰਨੇ ਹੁੰਦੇ ਸੀ ਤਿੰਨ ਦੋਸਤ ਹੁੰਦੇ ਸੀ ਤਿੰਨ ਦੋਸਤ ਹੋ ਖੜੇ ਨੇ ਇੱਕ ਤਾਂ ਸਰਦਾਰ ਬਾਈ ਹੋ ਦੇਖ ਇੱਕ ਉਦੋਂ ਥੱਲੇ ਖੜਾ ਜਿਹਦੇ ਰੁਮਾਲ ਬੰਨੀ ਹੋਈ ਹੈ ਇੱਕ ਉਦੋਂ ਥੱਲੇ ਖੜਾ ਸਰਦਾਰ ਜੀ ਉਹ ਤਿੰਨ ਦੋਸਤ ਹੁੰਦੇ ਸੀ ਹੈ ਨਾ ਹਾਂ ਫਿਰ ਕਹਿੰਦਾ ਮੇਰੇ ਪਾਪਾ ਇੰਨੇ ਪਤਲੇ ਨੇ ਇੰਨੇ ਪਤਲੇ ਨੇ ਕੜੇ ਚੋਦੀ ਨਿਕਲ ਜਾਂਦੇ ਨੇ ਕਿਹਦੇ ਵਿੱਚ ਦੀ ਨਿਕਲ ਜਾਂਦੇ ਨੇ ਕੜੇ ਚੋਦੀ ਕੜੇ ਵਿੱਚ ਦੀ ਦੂਜਾ ਕਹਿੰਦਾ ਮੇਰੇ ਪਾਪਾ ਇੰਨੇ ਪਤਲੇ ਨੇ ਇੰਨੇ ਪਤਲੇ ਨੇ ਲੱਤਾਂ ਚੋਦੀ ਨਿਕਲ ਜਾਂਦੇ ਨੇ ਲੱਤਾਂ ਦੇ ਵਿੱਚ ਦੀ ਅੱਛਾ ਦੂਜਾ ਤੀਜਾ ਕਹਿੰਦਾ ਮੇਰੇ ਪਾਪਾ ਇੰਨੇ ਪਤਲੇ ਨੇ ਇੰਨੇ ਪਤਲੇ ਨੇ ਟੈਂਕੀ ਚੋਰੀ ਵੜ ਕੇ ਟੂਟੀ ਵੀ ਚੋਰੀ ਨਿਕਲਿਆ ਵੱਡੇ ਹੋ ਕੇ ਕੀ ਬਣਨਾ ਏਅਰ ਹੋਸਟਲ ਏਅਰ ਹੋਸਟਲ ਅੱਛਾ ਚਲੋ ਕੋਈ ਨਹੀਂ ਕੀ ਕਰਿਆ ਕਰੋਗੇ ਫਿਰ ਜਹਾਜ਼ ਚ ਖਾਣਾ ਬਣਾਇਆ ਕਰੋਗੇ ਸੋ ਜਦੋਂ ਮੈਂ ਕਦੇ ਆਇਆ ਫਿਰ ਮੈਨੂੰ ਖਵਾਇਆ ਕਰੋਗੇ ਖਾਣਾ ਚਲੋ ਕਿਆ ਬਾਤ ਹੈ ਜ਼ੋਰਦਾਰ ਤਾੜੀ ਛੋਟੇ ਜਵਾਕ ਲਈ ਸੋ ਥੈਂਕ ਯੂ ਪੁੱਤ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਮੈਂ ਗੁਪਰ ਕੋਲ ਕੀ ਕਰਕੇ ਦਿਖਾਓਗੇ ਸਕਿੱਟ ਕਰੋਗੇ ਚਲੋ ਠੀਕ ਹੈ ਜੀ ਦੇਖਦੇ ਹਾਂ ਬੱਚਿਆਂ ਦੀ ਸਕਿੱਟ ਹੈਲੋ ਹਾਂਜੀ ਇਹ ਨੰਬਰ ਨੋਟ ਕਰੋ ਫੇਰ ਬਣਾਉਣੀ ਹੈ ਤੁਹਾਡੀ ਰੇਲ 98190 ਨਾ ਲੱਗੇ ਨਾ ਲੱਭੇ ਉਹ ਤੁਹਾਨੂੰ ਕੀ ਪਤਾ ਮੈਂ ਕਿੰਨੀ ਔਖੀ ਹਾਂ ਰਾਤੀ ਮੇਰਾ ਘਰ ਵਾਲਾ ਮਰ ਗਿਆ ਬੇਵਕੂਫ ਜਿਹਾ ਮੈਂ ਤਾਂ ਫੇਸਬੁੱਕ 'ਤੇ ਲਾਈਵ ਹੋਣ ਕਰਨੀਆਂ ਬੈਠੀ ਹਾਂ ਨਾਲੇ ਮੈਂ ਆਪਣਾ ਸਟੇਟਸ ਵੀ ਅਪਲੋਡ ਕਰਨਾ ਮਿਸਿਸ ਚੋਪੜਾ ਸਿੰਗਲ ਹਾਏ ਨੀ ਭੈਣੇ ਆ ਜੀਏ ਆ ਹੀ ਗਈਆਂ ਆ ਜਾਓ ਭਾਈ ਨਾਲੇ ਇਕੱਠੀਆਂ ਸਟਾਰਟ ਕਰਦੀਆਂ 1 2 3 ਚੱਕੋ ਹੋਣਗੀਆਂ ਇੰਨੇ ਨੂੰ
हाथ च फड़े हो क्या बात है। वाह जी वाह।
ਪੁੱਤਰ ਕਿੰਨੇ ਕੁ ਟਾਈਮ ਤੋਂ ਮਾਈਕ ਉੱਪਰ ਕਰ ਲਓ ਕਿੰਨੇ ਕੁ ਟਾਈਮ ਤੋਂ ਗੱਤਕਾ ਤੁਸੀਂ ਸਿੱਖਦੇ ਆ ਰਹੇ ਹੋ ਸਰ ਸਾਲ ਕੁ ਹੋ ਗਿਆ ਸਾਲ ਕੁ ਹੋ ਗਿਆ ਸੋ ਬਹੁਤ ਵੱਡੀ ਗੱਲ ਹੈ ਜੀ ਸਾਲ ਦੇ ਵਿੱਚ ਬੱਚਿਆਂ ਦੇ ਵਿੱਚ ਇੰਨਾ ਕੌਨਫੀਡੈਂਸ ਹੈ ਵੀ ਉਹ ਗੱਤਕਾ ਨੂੰ ਕਿਹੜੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਸੋ ਵੱਡੇ ਹੋ ਕੇ ਪੁੱਤਰ ਕੀ ਸੋਚਿਆ ਅੱਗੇ ਜ਼ਿੰਦਗੀ 'ਚ ਕੀ ਕਰਨਾ ਹੈ ਜਾਂ ਕੀ ਸਰ ਗੱਤਕੇ ਜਾਂ ਪਲੇਅਰ ਗੱਤਕਾ ਜਾਂ ਪਲੇਅਰ ਸੋ ਵੈਰੀ ਗੁੱਡ ਪਰਮਾਤਮਾ ਕਰੇ ਚੜ੍ਹਦੀ ਕਲਾ ਜੋ ਤੁਸੀਂ ਰਹੋ ਅਤੇ ਜੋ ਵੀ ਤੁਸੀਂ ਸੋਚੋ ਉਹ ਤੁਸੀਂ ਬਣੋ ਸੋ ਇੱਕ ਵਾਰ ਫਿਰ ਤੋਂ ਤਾੜੀਆਂ ਦੋਵੇਂ ਭਰਾਵਾਂ ਲਈ ਖਾਲਸਾ ਸਿੰਘ ਲਈ ਸੋ ਥੈਂਕ ਯੂ ਪੁੱਤਰ ਕੀ ਨਾਮ ਹੈ ਪੁੱਤਰ ਜਸ਼ਨਦੀਪ ਕੌਰ ਜਸ਼ਨਦੀਪ ਕੌਰ ਕੀ ਕਰਕੇ ਦਿਖਾਓਗੇ ਹੁਣ ਸਰ ਮੈਨੂੰ ਸ਼ਾਇਰੀ ਲਿਖਣ ਦਾ ਸ਼ੌਂਕ ਆ ਮੈਂ ਇੱਕ ਸ਼ਾਇਰੀ ਸੁਣਾਉਂਗੀ ਤੁਸੀਂ ਆਪ ਲਿਖਦੇ ਹੋ ਸ਼ਾਇਰੀ ਸੋ ਪਹਿਲਾਂ ਤਾਂ ਇਹੀ ਬਹੁਤ ਵੱਡੀ ਗੱਲ ਹੈ ਜੀ ਵੀ ਛੋਟੇ ਛੋਟੇ ਬੱਚੇ ਨੇ ਜਿਹੜੇ ਇਹ ਲਿਖਦੇ ਵੀ ਨੇ ਸੋ ਕਿਉਂਕਿ ਲਿਖਣ ਵਾਲੇ ਪਾਸੇ ਬਹੁਤ ਘੱਟ ਹੁੰਦੇ ਨੇ ਗਾਣੇ ਹਰੇਕ ਸੁਣਾਉਂਦਾ ਡਾਂਸ ਹਰੇਕ ਕਰ ਦਿੰਦਾ ਅਤੇ ਆਹ ਭੈਣ ਕਹਿੰਦੀ ਮੈਂ ਲਿਖਦੀ ਹਾਂ ਸੋ ਬਹੁਤ ਵੱਡੀ ਗੱਲ ਹੈ ਤੂੰ ਸੁਣਦੇ ਇਹਨਾਂ ਦੀ ਲਿਖਿਆ ਹੋਇਆ ਕੋਈ ਸ਼ੇਅਰ ਸੋ ਹਾਂਜੀ ਭੈਣ ਆਉਣ ਦੋ ਡੀਸੈਂਟ ਜਾਂ ਨੇਚਰ ਸਾਡਾ ਹਰ ਇੱਕ ਦਿਲ ਨੂੰ ਜੱਚਦੇ ਨੀ ਗਿਣੇ ਚੁਣਿਆਂ ਨਾਲ ਬਣਦੀ ਸਾਡੀ ਹਰ ਇੱਕ ਨਾਲ ਖੁੱਲ੍ਹ ਕੇ ਹੱਸਦੇ ਨੀ ਮਾਪਿਆਂ ਨਾਲ ਜੁੜੀ ਜਾਣ ਮੇਰੀ ਉਹਨਾਂ ਬਿਨਾਂ ਮੈਂ ਕੱਖ ਦੀ ਨੀ ਯਾਰਾਂ ਸਾਰਿਆਂ ਨੂੰ ਸਲਾਮ ਹੈ ਮੇਰੀ ਜਸ਼ਨ ਸੌਖੀ ਦਿਲ ਵਿੱਚ ਵਸਦੀ ਨੀ ਤੇ ਨਾ ਹੀ ਸੌਖੀ ਲੱਥਦੀ ਨੀ ਥੈਂਕ ਯੂ ਕੀ ਬਾਤ ਹੈ ਜ਼ੋਰਦਾਰ ਤਾੜੀਆਂ ਭੈਣ ਲਈ ਵੱਡੇ ਹੋ ਕੇ ਕੀ ਬਣਨਾ ਸਰ ਹਾਲੇ ਤਾਂ ਕੋਈ ਕੋਰਸ ਕਰੂੰ ਬਿਜ਼ਨਸ ਰਿਲੇਟਡ ਅੱਛਾ ਚਲੋ ਠੀਕ ਹੈ ਜ਼ੋਰਦਾਰ ਤਾੜੀਆਂ ਇਸ ਭੈਣ ਲਈ ਸੋ ਥੈਂਕ ਯੂ ਭੈਣ ਵਾਹ ਜੀ ਵਾਹ ਕੀ ਬਾਤ ਹੈ ਠੀਕ ਠਾਕ ਹੋ ਹਾਂਜੀ ਕੀ ਕਰਕੇ ਦਿਖਾਓਗੇ ਪੁਸ਼ਪਾ ਫਿਲਮ ਵਾਲੀ ਸਕਿੱਟ ਕਰਕੇ ਦਿਖਾਵਾਂਗੇ ਪੁਸ਼ਪਾ ਫਿਲਮ ਵਾਲੇ ਡਾਇਲੋਗ ਬੋਲੋਗੇ ਸਕਿੱਟ ਕਰੋਗੇ ਉਹ ਪੁਸ਼ਪਾ ਰਾ ਕੀ ਗਾਣੇ ਸੋ ਦੇਖਦੇ ਆ ਜੀ ਪੁਸ਼ਪਾ ਫਿਲਮ ਬੜੀ ਸੁਪਰ ਹਿੱਟ ਰਹੀ ਹੈ ਸੋ ਦੇਖਦੇ ਇਹਨਾਂ ਦੇ ਡਾਇਲੋਗ ਸੁਣਦੇ ਆਪਾਂ ਹੋ ਜਾਓ ਰੈਡੀ ਚੁਕੇ ਗਾਣੇ ਹਾ 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 ਇਹ ਚੁਕੇਗਾ ਚੁਕੇਗਾ ਨਾ ਲਾ ਰੱਖਿਆ ਆਪਦੇ ਛੋਟੇ ਭਰਾ ਨੂੰ ਦੇਖ ਪੜ੍ਹਾਈ ਵੱਲ ਧਿਆਨ ਦਿੰਦਾ ਹੈ ਤੇਰੇ ਵਾਂਗੂ ਫਿਲਮਾਂ ਤਾਂ ਨਹੀਂ ਦੇਖਦਾ ਕੋਈ ਕੰਮ ਵੀ ਕਰ ਲਿਆ ਕਰ ਘਰ ਦਾ ਦੱਸ ਯਾਰ ਕੀ ਕੰਮ ਹੈ ਪੋਚਾ ਲਾਉਣ ਵਾਲਾ ਪਿਆ ਪੋਚਾ ਲਾ ਆ ਕੀ ਪੈਰਾਂ ਲਈ ਨਾ ਚੁੱਕ ਕੇ ਪੋਚਾ ਲਾ ਜਿਉਂਕੇਗਾ ਨਹੀਂ ਪੁਸ਼ਪਾ ਫਿਲਮ ਦੇਖਿਆ ਪਤਾ ਨਹੀਂ ਕਿੱਥੋਂ ਭੂਤ ਚੜਿਆ ਪਿਆ ਬੜੇ ਅਜੀਬ ਜਿਹੇ ਤਰੀਕੇ ਨਾਲ ਪੋਚਾ ਲਾ ਰਿਹਾ ਉਹ ਕਿੱਦਾਂ ਪੁੱਤਰ ਜੀ ਤਾਂ ਠੀਕ ਠਾਕ ਆ ਜੀ ਹਾਂਜੀ ਉਹ ਤਾਂ ਨਹੀਂ ਦਿਖਦਾ ਪਿਆ ਆਪਣਾ ਨਹੀਂ ਬੁਲਾਣਾ ਅੰਕਲ ਜੀ ਛੋਟੇ ਆਈ ਜਰਾ ਅੰਕਲ ਜੀ ਆਇਆ ਹੈਲੋ ਪੁੱਤਰ ਹੈਲੋ ਸਰ ਕੀ ਨਾਮ ਹੈ ਪੁਸ਼ਪਾ ਰਾਜ ਨਾਮ ਤਾਂ ਸੁਣਿਆ ਹੀ ਹੋਗਾ ਅੰਕਲ ਜੀ ਆ ਪੈਰੀ ਪੈ ਚੁੱਕੇਗਾ ਨਹੀਂ ਤੇਰੀ ਤਾਂ ਚੁੱਪ ਬਹੁਤ ਸੋਹਣੀ ਐਕਟਿੰਗ ਤੁਹਾਡੀ ਕਿਹਨੇ ਤਿਆਰ ਕਰਾਇਆ ਸੀ ਸੁਨੀਲ ਸਰ ਨੇ ਸੁਨੀਲ ਸਰ ਲਈ ਜ਼ੋਰਦਾਰ ਤਾੜੀਆਂ ਬਿਲਕੁਲ ਸੋ ਵੱਡੇ ਹੋ ਕੇ ਕੀ ਬਣਨਾ ਹੈ ਐਸਟ੍ਰੋਨੌਟ ਹੈ ਐਸਟ੍ਰੋਨੌਟ ਵੈਰੀ ਗੁੱਡ ਤੁਸੀਂ ਫੌਜੀ ਵੈਰੀ ਗੁੱਡ ਤੁਸੀਂ ਕ੍ਰਿਕਟਰ ਕ੍ਰਿਕਟਰ ਤੁਸੀਂ ਫੌਜੀ ਜੁਕੇਗਾ ਨਹੀਂ ਜੁਕੇਗਾ ਨਹੀਂ ਸੋ ਤਾੜੀਆਂ ਲਾਓ ਸਾਰੇ ਭਰਾਵਾਂ ਲਈ ਸੋ ਥੈਂਕ ਯੂ ਭਰਾ ਸਕੂਲ ਦੇ ਵਿੱਚ ਬੱਚੇ ਬੜੇ ਪਿਆਰੇ ਨੇ ਅਤੇ ਛੋਟੇ ਛੋਟੇ ਬੱਚੇ ਆਉਂਦੇ ਨੇ ਅਤੇ ਵੱਡੇ ਵੱਡੇ ਬੱਚੇ ਆਉਂਦੇ ਨੇ ਅਤੇ ਦੁਬਾਰਾ ਵੀ ਇੱਥੇ ਆਉਣਗੇ ਬ੍ਰੇਕ ਤੋਂ ਬਾਅਦ ਸੋ ਮਿਲਦੇ ਇੱਕ ਛੋਟੀ ਜੀ ਸੋ ਹਾਂਜੀ ਬ੍ਰੇਕ ਤੋਂ ਬਾਅਦ ਅਸੀਂ ਫਿਰ ਤੋਂ ਹਾਜ਼ਰ ਹੋਏ ਜੀ ਤੁਹਾਡੇ ਆਪਣੇ ਪ੍ਰੋਗਰਾਮ ਅੱਧੀ ਛੁੱਟੀ ਸਾਰੀ ਵਿੱਚ ਸੋ ਹਾਂਜੀ ਇਸ ਤੋਂ ਬਾਅਦ ਅਗਲਾ ਬੱਚਾ ਭੇਜੋ ਜੀ ਵਾਹ ਜੀ ਵਾਹ ਹੈਲੋ ਸਰ ਕੀ ਨਾਮ ਹੈ ਸਰਨ ਸਾਬਰੀ ਅੱਛਾ ਜੀ ਹਾਂਜੀ ਤੁਹਾਡਾ ਪਰਨੀਤ ਕੌਰ ਅੱਛਾ ਕੀ ਕਰਕੇ ਦਿਖਾਓਗੇ ਹੁਣ ਸੌਂਗ ਜੀ ਖਾਂਦਾ ਜੀ ਖਾਂਦਾ ਗਾ ਕੇ ਦਿਖਾਓਗੇ ਸੋ ਆ ਲਓ ਮਾਈਕ ਫੜ ਲਓ ਸੋ ਤੁਸੀਂ ਵੀ ਨੇੜੇ ਹੋ ਜਾਓ ਸਾਰੇਗਾ 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 ਰੇਗਾ ਰੇ ਸਾ ਸਾਰੇਗਾ ਸਾਰੇਗਾ ਰੇਗਾ ਸਾ 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 ਸਾਰੇਗਾ 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 ਰੇਗਾ ਰੇ ਸਾ ਸਾਰੇਗਾ ਸਾਰੇਗਾ ਰੇਗਾ ਸਾ 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 ਬਾਜਰੀ ਦਾ ਸਿੱਟਾ ਆਇਆ ਸਾ ਦਲੀ ਤੇ ਮਰੋੜਿਆ ਰੁੱਟੜਾ ਜਾਂਦਾ ਮਈਆ ਮਈਆ ਬਹੁਤ ਵਧੀਆ ਪਰਫੋਰਮੈਂਸ
ਤੇ ਸਾਰਿਆਂ ਦੀ ਬੜੀ ਪਿਆਰੀ ਤੇ ਬੜੀ ਮਿੱਠੀ ਆਵਾਜ਼। ਸੋ ਛੋਟਾ ਜਿਹਾ ਸਾਡਾ ਜੀ ਖਾਨ, ਸੋ ਕਿੰਨੇ ਕੁ ਟਾਈਮ ਤੋਂ ਤਿਆਰੀ ਕਰਦਾ ਪੁੱਤਰ? ਦੋ ਦਿਨ ਤਿਆਰੀ ਕੀਤੀ ਸੀ ਅਸੀਂ। 2 ਦਿਨ ਤਿਆਰੀ ਕਰੀ ਸੀ। ਵੈਸੇ ਸਿੱਖਦੇ ਹੋ ਮਿਊਜ਼ਿਕ ਨੂੰ? ਹਾਂਜੀ। ਕਿੰਨੇ ਕੁ ਟਾਈਮ ਤੋਂ? 2 ਸਾਲ ਤੋਂ। 2 ਸਾਲ ਤੋਂ, ਸੋ ਵਧੀਆ ਗੱਲ ਹੈ ਅਤੇ ਵਧੀਆ ਦਿਲ ਲਾ ਕੇ ਸਿੱਖਿਓ ਅਤੇ ਆਉਣ ਵਾਲੇ ਟਾਈਮ ਤੁਸੀਂ ਬਹੁਤ ਵਧੀਆ ਸਿੰਗਰ ਬਣੋਗੇ। ਸੋ ਹਾਂਜੀ, ਅਤੇ ਭੈਣ ਤੁਸੀਂ ਵੱਡੇ ਹੋ ਕੇ ਕੀ ਬਣਨਾ? ਏਅਰਫੋਰਸ। ਵੈਰੀ ਗੁੱਡ। ਤੁਸੀਂ? ਸਿੰਗਰ। ਬਣੋਗੇ ਸਿੰਗਰ? ਤੁਸੀਂ ਡਾਕਟਰ? ਤੁਸੀਂ ਲਾਇਰ? ਹਾਂਜੀ ਭੈਣ ਤੁਸੀਂ? ਸਿੰਗਰ। ਤੁਸੀਂ? ਬਿਜ਼ਨਸਵੂਮਨ। ਬਿਜ਼ਨਸ। ਸੋ ਹਾਂਜੀ, ਜ਼ੋਰਦਾਰ ਤਾੜੀਆਂ ਇਹਨਾਂ ਸਾਰੀ ਟੀਮ ਲਈ ਅਤੇ ਮਿਊਜ਼ੀਸ਼ਨ ਵਾਲੇ ਭਾਈਆਂ ਲਈ। ਸੋ ਥੈਂਕ ਯੂ ਭੈਣ। ਠੀਕ ਠਾਕ ਹੋ? ਮਾਈਕ ਉੱਪਰ ਕਰੋ। ਕੀ ਨਾਮ ਹੈ? ਪਿਯੂਸ਼। ਅੱਛਾ ਅੱਛਾ ਅੱਛਾ, ਹੁਣ ਕੀ ਕਰਕੇ ਦਿਖਾਓਗੇ? ਸ਼ਾਇਰੀ ਕਰਾਂਗੇ। ਸ਼ਾਇਰੀ? ਆਉਣ ਦਿਓ, ਦੇਖਦੇ ਜੀ ਸ਼ਾਇਰੀ ਜਵਾਬ ਦੀ। ਆਉਣ ਦਿਓ। ਦਸੇ ਦਿਸ਼ਾਵਾਂ ਮੇਰੇ ਪੱਲੇ, ਦਸੇ ਦਿਸ਼ਾਵਾਂ ਮੇਰੇ ਪੱਲੇ, ਘਾਟਾ ਹੀ ਘਾਟਾ ਪਾਇਆ ਮੇਰੀ ਜ਼ਿੰਦਗੀ ਨਾਲ, ਰੱਬ ਨੇ ਬੜਾ ਮਜ਼ਾਕ ਕਰਾਇਆ। ਇੱਕ ਫਿਲਮ ਵਿੱਚ ਮੈਨੂੰ ਕੁੜੀ ਦਾ ਬਾਪ ਬਣਾਇਆ, ਉਹਨਾਂ ਦੀ ਰਾਖੀ ਲਈ ਮੈਂ ਗੁੰਡਿਆਂ ਤੋਂ ਸਿਰ ਪੜਵਾਇਆ। ਪਰ ਫਿਲਮ ਵਾਲਿਆਂ ਦੀ ਦੇਖੋ ਲੋਕੋ ਚਤਰਾਈ, ਸਾਰੀ ਫਿਲਮ ਵਿੱਚ ਮੈਨੂੰ ਕੁੜੀ ਦੀ ਮਾਂ ਨਹੀਂ ਬਕਾਈ। ਵੱਡੇ ਹੋ ਕੇ ਕੀ ਬਣਨਾ ਜ਼ਿੰਦਗੀ? ਟੀਚਰ ਬਣਨਾ। ਕਾਹਦੇ ਸਪੈਸ਼ਲ? ਇੰਗਲਿਸ਼ ਦੇ। ਚਲਾ ਦੱਸੋ, ਅੰਗਰੇਜ਼ੀ ਵਾਲਾ ਮਾਸਟਰ ਬਣਨਾ? ABC ਕਿੰਨੇ ਅੱਖਰ ਨੇ? ਛੱਬੀ। ABC 3। ਫਿਰ ਇਹਨੂੰ ਦੇਵਾਂਗੇ ਜੀ ਆਪਾਂ ਐਡਮਿਸ਼ਨ ਉੱਥੇ, ਮਤਲਬ ਆਪਣੇ ਸਕੂਲ 'ਚ ਬਣਾ, ਇਹਨੂੰ ਪੜ੍ਹਾਵਾਂਗੇ ਅਤੇ ਉਸ ਤੋਂ ਬਾਅਦ ਤੁਹਾਨੂੰ ਟੀਚਰ ਬਣਾਵਾਂਗੇ। ਸੋ ਜ਼ੋਰਦਾਰ ਤਾੜੀਆਂ ਗੋਲ ਮੋਲ ਭਰਾ ਲਈ। ਸੋ ਥੈਂਕ ਯੂ ਭਰਾ, ਅੰਗਰੇਜ਼ੀ ਵਾਲਾ ਮਾਸਟਰ। ਸਤਿ ਸ਼੍ਰੀ ਅਕਾਲ। ਕਿੱਦਾਂ, ਠੀਕ ਹੋ ਜੀ? ਹਾਂ ਵਧੀਆ, ਕਿਰਪਾ ਥੋੜ੍ਹੀ। ਅੱਜ ਨਾ ਜੀ ਤੁਹਾਨੂੰ ਮੈਂ ਜਿਵੇਂ ਆਪਾਂ ਪੰਜਾਬੀ 'ਚ ਕਿਸੇ ਦਾ ਹਾਲ ਚਾਲ ਪੁੱਛਣਾ ਹੁੰਦਾ, ਉਹ ਅਲੱਗ ਅਲੱਗ ਭਾਸ਼ਾ 'ਚ ਬੋਲ ਕੇ ਦਿਖਾਊਂਗਾ। ਪਹਿਲਾਂ ਪੰਜਾਬੀ ਦੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ ਤੁਸਾਂ ਦਾ? ਤੁਸਾਂ ਕਿੱਥੇ ਰਹਿੰਦੇ? ਅੱਜ ਕੱਲ੍ਹ ਕਿਤੇ ਵਿਖਾਈ ਹੀ ਨਹੀਂ ਦਿੰਦੇ। ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਆਹਾਂ ਉਰੀ ਰਹਿੰਦੇ ਹੋਏ, ਤੁਸੀਂ ਕਿੱਥੇ ਜਾਂਦੇ ਹੋਏ? ਮੈਂ ਵੀ ਇੱਥੇ ਹੀ ਹੁੰਦਾ ਜੀ। ਚਲੋ ਗੁੱਡ ਆ ਫਿਰ, ਅੱਗੇ ਹਿੰਦੀ ਦੀ ਗੱਲ ਕਰਦੇ ਹਾਂ। ਨਮਸਤੇ ਜੀ, ਕੈਸੇ ਹੋ ਆਪ, ਕਹਾਂ ਰਹਤੇ ਹੋ? ਆਜ ਕਲ ਕਹੀਂ ਦਿਖਾਈ ਹੀ ਨਹੀਂ ਦੇਤੇ। ਹਮ ਸੂਤ ਹੈ ਜੀ, ਹਮ ਘਰ ਪੇ ਰਹਤੇ ਹੈ ਜੀ, ਕਾਟੋ ਫੁੱਲਾਂ ਪੇ ਹੈ ਜੀ, ਹਮ ਬਸ ਬਾਹਰ ਅੰਦਰ ਰਹਤੇ ਹੈ ਜੀ, ਇਸ ਲਈ ਕੰਮ ਦੇਖਤੇ ਹੈ ਜੀ। ਚਲੋ ਹੁਣ ਅੰਗਰੇਜ਼ੀ ਦੀ ਗੱਲ ਕਰਦੇ ਹਾਂ। ਯੈਸ। ਹੈਲੋ ਸਰ, ਹਾਊ ਆਰ ਯੂ? ਵੇਅਰ ਡੂ ਯੂ ਲਿਵ? ਡੂ ਨਾਟ ਸੀ ਐਨੀਵੇਅਰ? Yeah, how fine. Let them go to the Kerala. Lulu, what's up now? Today from the India. ਚਲੋ ਹੁਣ ਹਰਿਆਣਵੀ ਦੀ ਗੱਲ ਕਰਦੇ ਹਾਂ। ਉਹਦੇ ਰਾਮ ਰਾਮ ਭਾਈ ਰੇ, ਕਿਉਂ ਕਰ ਸੇ ਕਿੱਧਰ ਵੈਸੇ ਅੱਜ ਕੱਲ ਦਿਖਦਾ ਹੈ ਕੋ ਨਹੀਂ ਰੇ? ਅੰਮਾ ਮੈਂ ਠੀਕ ਹੈ, ਤੂੰ ਸੁਣਾ ਕੇ ਹਾਲ ਆ ਤਾਊ? ਆਂਦੇ ਆਂਦੇ। ਅੱਛਾ ਹੁਣ ਗੁਜਰਾਤੀ ਦੀ ਗੱਲ ਕਰਦੇ ਹਾਂ। ਨਮਸਤੇ ਸਾਹਿਬ, ਤਮੇ ਕੇਮ ਛੋ, ਕਿਆ ਰਹੋ ਛੋ? ਅੱਜ ਕੱਲ ਦੇਖਾ ਤੂੰ ਨਹੀਂ? ਆਮ ਛੋ, ਗੁੱਡਾ ਮੋਛੋ, ਵਧੀਆ ਛੀ, ਗੰਨਾ ਛੋ। ਚਲੋ ਮਰਾਠੀ ਦੀ ਗੱਲ ਕਰਦੇ ਹਾਂ। ਆਂਦੋ। ਨਮਸਕਾਰ ਸਾਹਿਬ, ਕਸੇ ਆਹਤ? ਤੁਮੇ ਕੁਠੇ ਰਹਤਾ? ਕੁਠੇ ਹੀ ਦਿਸਤ ਨਾਹੀ? ਉਮਤਰ ਰਹਾ, ਦਿਖ ਤੂੰ ਹਮਰਾ ਸਾਹੀ। ਅਯਾ ਕੰਨੜ, ਨਮਸਕਾਰ ਨਿਬੂ ਹਾਗੇ ਦੀ ਦਰੀਆ, ਨਿਬੂ ਇੱਲੀ ਬਸੀ ਸੁਤੀਰਾ, ਇੱਲੀ ਉਹ ਨੋਟੂ ਦਿਲਾ। ਉਲਾਲਾ, ਨਿੰਬੂ ਵਾਲੇ ਜੂਸ, ਗੰਨੇ ਵਾਲਾ ਭੂਕ। ਸਿੱਖ ਜਾਗੇ? ਚਲੋ ਤੁਹਾਡੇ ਵਰਗੇ ਜਦੋਂ ਸਿਖਾਉਣ ਵਾਲੇ ਆ ਗਏ ਫਿਰ ਤਾਂ ਸਿੱਖ ਲਈ। ਤਾੜੀਆਂ ਲਾਓ ਇਹਦੇ ਲਈ, ਪਹਿਲਾਂ ਤਾਂ ਭਰਾ ਲਈ, ਬਹੁਤ ਪਿਆਰੀ ਗੱਲਬਾਤ। ਵੱਡੇ ਹੋ ਕੇ ਜ਼ਿੰਦਗੀ 'ਚ ਕੀ ਬਣਨਾ? ਮੈਂ ਐਸਟ੍ਰੋਨੌਟ ਬਣੂਗਾ ਜੀ, ਪਲਾਟ ਯਾਤਰੀ। ਅੱਛਾ, ਪਲਾਟ ਯਾਤਰਾ ਜਾਏਗਾ, ਚਲੋ ਵਧੀਆ ਗੱਲ। ਸੋ ਸਾਰੀ ਲੈਂਗੁਏਜ ਫਿਰ ਸਿੱਖ ਕੇ ਰੱਖੀ, ਅੱਗੇ ਪਤਾ ਨਹੀਂ ਕਿਹੋ ਜਿਹਾ ਬੰਦਾ ਟੱਕਰ ਜਾਣਾ। ਹਾਂਜੀ, ਜ਼ੋਰਦਾਰ ਤਾੜੀਆਂ ਭਰਾ ਲਈ। ਸੋ ਥੈਂਕ ਯੂ। ਸੋ ਹਾਂਜੀ, ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਸਭ ਤੋਂ ਬੈਸਟ ਪਰਫੋਰਮੈਂਸ। ਸੋ ਕੁੜੀਆਂ ਦਾ ਗਿੱਧਾ, ਸੋ ਜ਼ੋਰਦਾਰ ਤਾੜੀਆਂ ਸੋ ਗਿੱਧੇ ਵਾਲੀ ਕੁੜੀਆਂ ਲਈ। ਸੋ ਦੇਖਦੇ ਹਾਂ ਇਹਨਾਂ ਦੀ ਪਰਫੋਰਮੈਂਸ ਆਪਾਂ। ਸੋ ਹਾਂਜੀ, ਜਾਗੋ ਆਇਆ।
ਤਿਆਰ ਕੀ ਨਹੀਂ ਕਰਾਇਆ ਸੀ ਇਹ ਕਿਦਾਂ ਲਪ੍ਰੀਤ ਮੈਮ ਲਪ੍ਰੀਤ ਮੈਮ ਲਪ੍ਰੀਤ ਮੈਮ ਲਈ ਵੀ ਇੱਕ ਵਾਰ ਜ਼ੋਰਦਾਰ ਤਾੜੀਆਂ ਉਹ ਤੁਹਾਨੂੰ ਇਹ ਦੱਸਣਾ ਵੱਡੇ ਹੋ ਕੇ ਕਿ ਜ਼ਿੰਦਗੀ 'ਚ ਕੀ ਬਣਨਾ ਠੀਕ ਹੈ ਤੁਸੀਂ ਵੱਡੇ ਹੋ ਕੇ ਕੀ ਬਣਨਾ ਮੈਂ MBBS ਕਰਨਾ ਵੈਰੀ ਗੁੱਡ ਤੁਸੀਂ ਜੱਜ ਡਾਕਟਰ ਡਾਕਟਰ IAS ਵੈਰੀ ਗੁੱਡ ਡਾਕਟਰ ਬਿਜ਼ਨਸ ਬਿਜ਼ਨਸ ਡਾਕਟਰ ਡਾਕਟਰ ਸੀ ਅੱਛਾ ਤੁਸੀਂ ਪਲੇਅਰ ਵੈਰੀ ਗੁੱਡ ਡਾਕਟਰ ਸੋ ਜ਼ੋਰਦਾਰ ਤਾੜੀਆਂ ਇਹਨਾਂ ਭੈਣਾਂ ਲਈ ਸੋ ਬਹੁਤ ਪਿਆਰੀ ਅਤੇ ਵਧੀਆ ਸੋਚ ਸੋ ਥੈਂਕ ਯੂ ਭੈਣ ਥੈਂਕ ਯੂ ਗੋਂਦਵਾਲ ਰਾਏਕੋਟ ਵਿੱਚ ਰੌਣਕ ਐਵੇਂ ਲੱਗਣਗੀਆਂ ਤੁਸੀਂ ਕਿਤੇ ਨਹੀਂ ਜਾਣਾ ਛੋਟੀ ਜੀ ਬ੍ਰੇਕ ਦਾ ਵੇਲਾ ਹੋ ਗਿਆ ਸੋ ਮਿਲਦੇ ਇੱਕ ਛੋਟੀ ਜੀ ਸੋ ਹਾਂਜੀ ਅੱਜ ਦੇ ਰੌਣਕਾਂ ਜਿਹੜੀ ਲੱਗ ਰਹੀਆਂ ਸੀ ਉਹ ਹੈਗੇ ਸੀ ਜੀ SGG ਸੀਨੀਅਰ ਸੈਕੈਂਡਰੀ ਸਕੂਲ ਗੋਂਦਵਾਲ ਨੇੜੇ ਸ਼ਹਿਰ ਪੈਂਦਾ ਜੀ ਰਾਏਕੋਟ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਸਕੂਲਾਂ ਵਿੱਚ ਆਈਏ ਅਤੇ ਐਵੇਂ ਹਾਸਾ ਮਖੌਲ ਕਰੀਏ ਅੱਧੀ ਛੁੱਟੀ ਸਾਰੀ ਪ੍ਰੋਗਰਾਮ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਡੇ ਸਕੂਲਾਂ ਵਿੱਚ ਵੀ ਆਵਾਂਗੇ ਅਤੇ ਤੁਹਾਡੇ ਬੱਚਿਆਂ ਨਾਲ ਵੀ ਐਵੇਂ ਗੱਲਬਾਤ ਕਰਾਂਗੇ ਸੋ ਬੱਚਿਆਂ ਨਾਲ ਗੱਲਾਂਬਾਤ ਅੱਜ ਬਹੁਤ ਹੋ ਗਈਆਂ ਸੋ ਹੁਣ ਇਸ ਤੋਂ ਬਾਅਦ ਆਪਾਂ ਲਾਸਟ ਦੇ ਵਿੱਚ ਟੀਚਰਸ ਨਾਲ ਗੱਲਬਾਤ ਕਰਦੇ ਹੁੰਦੇ ਹਾਂ ਸੋ ਬੇਟਾ ਜ਼ੋਰਦਾਰ ਤਾੜੀਆਂ ਨਾਲ ਸਾਰਾ ਸਕੂਲ ਦਾ ਸਟਾਫ ਅਤੇ ਪ੍ਰਿੰਸੀਪਲ ਸਰ ਹੋਰੀ ਸੋ ਹਾਂਜੀ ਸਰ ਵੈਲਕਮ ਪ੍ਰਿੰਸੀਪਲ ਸਰ ਸੋ ਹਾਂਜੀ ਸਰ ਥੈਂਕ ਯੂ ਆ ਜਾਓ ਹਾਂਜੀ ਸਰ ਦੇਖੋ ਪਿਆਰ ਬੱਚਿਆਂ ਦਾ ਬੱਚੇ ਆਪ ਬਹੁਤ ਪਿਆਰੇ ਨੇ ਹਾਂਜੀ ਹਾਂਜੀ ਜਿਹਦੇ ਕੋਲ ਜਿਹੜੀ ਚੀਜ਼ ਆ ਉਹ ਵੰਡ ਦਿੰਦਾ ਇਹ ਇੰਨੇ ਕੁ ਪਿਆਰੇ ਬੱਚੇ ਨੇ ਤੁਹਾਡੇ ਲਈ ਟੀਚਰਾਂ ਲਈ ਸਾਡੇ ਲਈ ਸਤਿਕਾਰਯੋਗ ਸਖੀਤਾ ਸਾਰਿਆਂ ਲਈ ਇਹ ਬਹੁਤ ਪਿਆਰ ਰੱਖਦੇ ਨੇ ਇੱਕ ਵਾਰ ਸਾਰੇ ਸਟਾਫ ਇਹਨਾਂ ਬੱਚਿਆਂ ਲਈ ਜ਼ੋਰਦਾਰ ਤਾੜੀਆਂ ਜ਼ਰੂਰ ਤੇ ਸਰ ਸਕੂਲ ਬਾਰੇ ਦੋ ਸ਼ਬਦ ਪਹਿਲਾਂ ਜੀ ਅਤੇ ਫਿਰ ਉਸ ਤੋਂ ਬਾਅਦ ਦੋ ਬੋਲ ਸਾਡੇ ਆਡੀਅੰਸ ਲਈ ਸਾਡੇ ਜਿਹੜੇ ਸਾਨੂੰ ਦੇਖ ਰਹੇ ਨੇ ਉਹਨਾਂ ਲਈ ਵੀ ਅਤੇ ਪਹਿਲਾਂ ਸਕੂਲ ਲਈ SGG ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਰਾਏਕੋਟ 1976 ਤੋਂ ਇਹ ਸੰਸਥਾ ਜਿਹੜੀ ਹੈ ਵਿੱਦਿਆ ਦਾ ਦਾਨ ਲੋਕਾਂ ਦੇ ਵਿੱਚ ਬਖਸ਼ ਰਹੀ ਹੈ ਜੀ ਜੇ ਉਦੋਂ ਤੋਂ ਲੈ ਕੇ ਹੁਣ ਤੱਕ ਟਰੈਕ ਰਿਕਾਰਡ ਦੇਖਿਆ ਜਾਵੇ ਤਾਂ ਸ਼ਾਇਦ ਹਜ਼ਾਰਾਂ ਨਹੀਂ ਲੱਖਾਂ ਨਹੀਂ ਸ਼ਾਇਦ ਉਸ ਤੋਂ ਵੀ ਕਿਤੇ ਹੀ ਜ਼ਿਆਦਾ ਵਿਦਿਆਰਥੀ ਇੱਥੋਂ ਪੜ੍ਹ ਕੇ ਆਪਣੀ ਜ਼ਿੰਦਗੀ ਜਿਹੜੀ ਬਹੁਤ ਸੋਹਣੇ ਢੰਗ ਨਾਲ ਬਤੀਤ ਕਰ ਰਹੇ ਨੇ ਜੀ ਬਹੁਤ ਸਾਰੇ IAS IPS ਤਹਿਸੀਲਦਾਰ ਆਰਮੀ ਮਿਲਟਰੀ ਨੇਵੀ ਏਅਰਫੋਰਸ ਹਰ ਇੱਕ ਮਹਿਕਮੇ ਦੇ ਵਿੱਚ SGG ਸਕੂਲ ਦੇ ਵਿਦਿਆਰਥੀ ਬੈਠੇ ਨੇ ਜੀ ਇੱਥੋਂ ਦਾ ਜਿਹੜਾ ਸਟਾਫ ਹੈ ਤਕਰੀਬਨ 60-70 ਦੇ ਕਰੀਬ ਸਟਾਫ ਹੈ ਜਿਹੜਾ ਦਿਨ ਰਾਤ ਇਹੀ ਕੋਸ਼ਿਸ਼ ਕਰਦਾ ਵੀ ਉਹਨਾਂ ਦੇ ਕੋਲ ਪੜ੍ਹਨ ਵਾਲਾ ਜਿਹੜਾ ਬੱਚਾ ਸਿਰਫ ਪੜ੍ਹੇ ਨਾ ਕੁਛ ਸਿੱਖੇ ਵੀ ਜੀ ਸਾਡੀ ਵੀ ਜਿਹੜੀ ਕੋਸ਼ਿਸ਼ ਹੈ ਉਹ ਐਜੂਕੇਸ਼ਨ ਨੂੰ ਨਾ ਛੱਡ ਕੇ ਲਰਨਿੰਗ ਦੇ ਉੱਤੇ ਹੁੰਦੀ ਹੈ ਇੱਕ ਹੁੰਦਾ ਹੈ ਸਕੂਲਿੰਗ ਇੱਕ ਹੁੰਦੀ ਹੈ ਲਰਨਿੰਗ ਸੋ ਅਸੀਂ ਲਰਨਿੰਗ 'ਤੇ ਕੰਮ ਕਰਦੇ ਹਾਂ ਬੱਚਾ ਜਿਹੜਾ ਸਾਡੇ ਕੋਲ ਜਦੋਂ ਕੋਈ ਆਉਂਦਾ ਹੈ ਤਾਂ ਸਾਡੀ ਕੋਸ਼ਿਸ਼ ਇਹ ਨਹੀਂ ਹੁੰਦੀ ਵੀ ਉਹਨੂੰ ਨੰਬਰ ਦਵਾ ਕੇ ਪਾਸ ਕਰਾਈਏ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਨੰਬਰ ਤਾਂ ਆਉਣੇ ਹੀ ਆ ਬਟ ਉਹਨੂੰ ਕੁਛ ਇਸ ਤਰ੍ਹਾਂ ਦਾ ਸਿਖਾਈਏ ਕਿ ਉਹ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਸਟੈਂਡ ਕਰ ਸਕੇ ਕਿਆ ਬਾਤ ਹੈ ਜੀ ਕਿਆ ਬਾਤ ਬਹੁਤ ਚੰਗੀ ਸੋਚ ਹੈ ਜੀ ਤਾਂ ਹੀ ਬੱਚੇ ਤੁਹਾਡੇ ਸਾਰੇ ਟੈਲੈਂਟਡ ਸੀ ਅੱਜ ਇਕੱਲੇ ਬੱਚੇ ਨੇ ਪਰਫੋਰਮੈਂਸ ਕੀਤੀ ਹੈ ਤਾਂ ਬਹੁਤ ਵਧੀਆ ਲੱਗਿਆ ਸਾਨੂੰ ਵੀ ਤੁਹਾਡੇ ਸਕੂਲ ਵਿੱਚ ਆ ਕੇ ਜੀ ਸੋ ਦੋ ਬੋਲ ਸਾਡੀ ਆਡੀਅੰਸ ਲਈ ਅਤੇ ਤੁਹਾਡੇ ਬੱਚਿਆਂ ਲਈ ਸੋ ਗੁਣਗੁਣਾ ਕੇ ਪ੍ਰੇਸ਼ ਜ਼ਰੂਰ ਕਰਿਓ ਮੈਂ ਇੱਕ ਪੋਇਮ ਗਾਊਂਗਾ ਜੀ ਮੈਂ ਜਿਨ੍ਹਾਂ ਦਾ ਫੈਨ ਹਾਂ ਮੈਂ ਉਹਨਾਂ ਬਾਰੇ ਸ਼ਬਦ ਬੋਲੂੰਗਾ ਪਹਿਲਾਂ ਤਾਂ ਮੈਂ ਫੈਨ ਜਿਨ੍ਹਾਂ ਦਾ ਹੈ ਤੁਸੀਂ ਇੱਕ ਮਿੰਟ ਜੇ ਮਾਈਕ ਫੜੋਗੇ ਜੀ ਸਰ ਜੀ 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 ਕਿਉਂਕਿ ਕਹਿੰਦੇ ਵੀ ਪੰਜਾਬ ਦੇ ਵਿੱਚ ਕਿਸੇ ਨੂੰ ਜੇ ਸਤਿਕਾਰ ਦੇਣਾ ਹੋਵੇ ਤਾਂ ਸਿਰ ਢੱਕਣਾ ਚਾਹੀਦਾ ਜ਼ਰੂਰ ਜਦਕਿ ਪੱਛਮੀ ਸੱਭਿਅਤਾ 'ਚ ਕੀ ਕਹਿੰਦੇ ਨੇ ਟੋਪੀ ਉਤਾਰ ਕੇ ਸਤਿਕਾਰ ਦਿੰਦੇ ਨੇ ਅਸੀਂ ਸਿਰ ਢੱਕ ਕੇ ਸਤਿਕਾਰ ਦਿੰਦੇ ਹਾਂ ਅਤੇ ਮੈਂ ਜਿਨ੍ਹਾਂ ਦਾ ਫੈਨ ਹਾਂ ਸਾਹਿਬ ਕਮਾਲ ਵਾਲੀ ਦੋ ਜਹਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਆ ਵਾਹਿਗੁਰੂ ਸੋ ਉਹਨਾਂ ਬਾਰੇ ਮੈਂ ਕੁਛ ਲਾਈਨਾਂ ਬੋਲੂੰਗਾ ਜੀ ਕਹੀਂ ਪਰਬਤ ਝੁਕੇ ਵੀ ਹੈ ਕਹੀਂ ਦਰਿਆ ਰੁਕੇ ਵੀ ਹੈ ਨਹੀਂ ਝੁਕਤੀ ਜਵਾਨੀ ਹੈ ਨਹੀਂ ਰੁਕਤੀ ਰਵਾਨੀ ਹੈ ਕਹੀਂ ਪਰਬਤ ਝੁਕੇ ਵੀ ਹੈ ਗੁਰੂ ਗੋਬਿੰਦ ਕੇ ਬੱਚੇ ਉਮਰ ਮੇਂ ਥੇ ਅਗਰ ਕੱਚੇ ਪਰ ਥੇ ਸਿੰਘ ਕੇ ਬੱਚੇ ਧਰਮ ਈਮਾਨ ਕੇ ਪੱਕੇ ਗਰਜ ਕਰ ਬੋਲ ਉਠੇ ਥੇ ਯੂੰ ਸਿੰਘ ਮੁਖ ਖੋਲ ਉਠੇ ਥੇ ਯੂੰ ਨਹੀਂ ਹਮ ਝੁਕ ਨਹੀਂ ਸਕਤੇ ਨਹੀਂ ਹਮ ਰੁਕ ਨਹੀਂ ਸਕਤੇ ਹਮੇਂ ਨਿਜ ਦੇਸ਼ ਪਿਆਰਾ ਹੈ ਪਿਤਾ ਦਸ਼ਮੇਸ਼ ਪਿਆਰਾ ਹੈ ਹਮੇਂ ਨਿਜ ਪੰਥ ਪਿਆਰਾ ਹੈ ਸ਼੍ਰੀ ਗੁਰੂ ਗ੍ਰੰਥ ਪਿਆਰਾ ਹੈ ਜ਼ੋਰਾਵਰ ਜ਼ੋਰ ਸੇ ਬੋਲਾ ਫਤਿਹ ਸਿੰਘ ਸ਼ੋਰ ਸੇ ਬੋਲਾ ਰਖੋ ਈਟੇ ਭਰੋ ਗਾਰੇ ਚਿਨੋ ਦੀਵਾਰ ਹਤਿਆਰੇ ਯਹੀ ਦੀਵਾਰ ਬੋਲੇਗੀ ਹਜ਼ਾਰੋ ਬਾਰ ਬੋਲੇਗੀ ਹਮਾਰੀ ਸਾਂਸ ਬੋਲੇਗੀ ਲਾਖੋ ਬਾਰ ਬੋਲੇਗੀ ਹਮੇਂ ਨਿਜ ਦੇਸ਼ ਪਿਆਰਾ ਹੈ ਪਿਤਾ ਦਸ਼ਮੇਸ਼ ਪਿਆਰਾ ਹੈ ਹਮੇਂ ਨਿਜ ਪੰਥ ਪਿਆਰਾ ਹੈ ਸ਼੍ਰੀ ਗੁਰੂ ਗ੍ਰੰਥ ਪਿਆਰਾ ਹੈ ਕਹੀਂ ਪਰਬਤ
झुके भी हैं कहीं दरिया रुके भी हैं, नहीं झुकती जवानी है नहीं रुकती रवानी है, कहीं पर्वत झुके भी हैं। वाहे गुरु जी का खालसा श्री वाहे गुरु जी की फतेह। तो बहुत वधिया जी, बहुत चंगा, बहुत वधिया सुरीली आवाज। तो बेटा एक बार जोरदार ताड़ियां सर होरन लई। तो बहुत प्यारी ते मिठी जी आवाज। तो सर थैंक यू। तो हाँ जी सर तुसी भी आओ जी। तो सर तुसी भी नेड़े आ जाओ जी। सत श्री अकाल जी। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ? ਵਧੀਆ ਵਧੀਆ, ਕਿਰਪਾ ਜੀ ਪਰਮਾਤਮਾ ਦੀ। ਤੁਸੀਂ ਕੀ ਪਰਫਾਰਮੈਂਸ ਕਰਕੇ ਦਿਖਾਓਗੇ ਜੀ? ਮੈਂ ਕੁਛ ਲੋਕ ਦਾਤੀ। ਅੱਛਾ, ਲੋਕ ਦਾਤੀ। ਸੌਂਦੀ ਨਾ ਟੌਰ ਸ਼ਕੀਨੀ ਪੇਕੇ ਮੁਟਿਆਰਾਂ ਨੂੰ, ਹਾਏ ਆ ਦਿਸਦੇ ਨਾ ਰਿਸ਼ਤੇ ਨਾਤੇ ਚੱਲਦੇ ਹਥਿਆਰਾਂ ਨੂੰ, ਠੰਡੇ ਪਾਣੀ ਬਾਜ ਹੀ ਗੁੱਜਦਾ ਆਟਾ ਜੋ ਮੱਕੀ ਦਾ ਲੈਂਦਾ ਸਰ ਬੇਸ਼ੱਕ ਲੈ ਜੇ ਹੱਥੁੱਕ ਕੇ ਨੀ ਚੱਟੀ ਦਾ, ਲੋਕੋ ਕਦੇ ਦੁੱਧ ਤੇ ਪੁੱਤ ਦਾ ਮੁੱਲ ਨਹੀਂ ਉਹ ਵੱਟੀ ਦਾ, ਲੋਕੋ ਕਦੇ ਦੁੱਧ ਤੇ ਪੁੱਤ ਦਾ ਹੋ ਮੂੰਹ ਤੇ ਜੋ ਜੀ ਜੀ ਕਰਦਾ ਪਿੱਠ ਪਿੱਛੇ ਚੁਗਲੀਆਂ ਕਰਦਾ, ਮੂੰਹ ਤੇ ਜੋ ਜੀ ਜੀ ਕਰਦਾ ਪਿੱਠ ਪਿੱਛੇ ਚੁਗਲੀਆਂ ਕਰਦਾ, ਉਸੇ ਤੋਂ ਰੱਖ ਲੋ ਪਰਦਾ ਕਰਦੀ ਲੜਾਈ ਦਾ, ਜਿੱਥੇ ਨਾ ਇੱਜ਼ਤ ਹੋਵੇ ਉੱਥੇ ਨੀ ਜਾਈਦਾ, ਭਾਵੇਂ ਮਰ ਜਾਈਏ ਭੁੱਖੇ ਅਮੰਗ ਕੇ ਨੀ ਖਾਈਦਾ, ਭਾਵੇਂ ਮਰ ਜਾਈਏ ਭੁੱਖੇ ਹੋ। ਥੈਂਕ ਯੂ। ਸੋ ਹਾਂਜੀ ਸਰ ਤੁਸੀਂ ਕੀ ਸੁਣਾਓਗੇ ਸਾਨੂੰ? ਬੱਚਿਆਂ ਦੀ ਫਰਮਾਇਸ਼ ਤੇ ਇੱਕ ਦੋ ਗਾਣੇ ਮਿਕਸ। ਹਾਂ ਜੀ, ਆਉਣ ਦੋ ਜੀ। ਜੀ, ਤੇਰੀ ਯਾਦ ਮੈਨੂੰ ਤੜਫਾਵੇ ਮੈਨੂੰ ਤੇ ਚੈਨ ਨਾ ਆਵੇ, ਤੇਰੀ ਯਾਦ ਮੈਨੂੰ ਤੜਫਾਵੇ ਮੈਨੂੰ ਤੇ ਚੈਨ ਨਾ ਆਵੇ, ਮੈਂ ਚਾਹੇ ਜਾਗਾ ਮੈਂ ਚਾਹੇ ਸੋਵਾਂ ਤੰਗ ਕਰਦੇ ਨੇ ਖਿਆਲ ਤੇਰੇ, ਓ ਫਕੀਰਾ ਓ ਫਕੀਰਾ ਲੈ ਜਾ ਮੈਨੂੰ ਤੂੰ ਨਾਲ ਤੇਰੇ, ਓ ਫਕੀਰਾ ਓ ਫਕੀਰਾ ਲੈ ਜਾ ਮੈਨੂੰ ਤੂੰ ਨਾਲ ਤੇਰੇ, ਓ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ, ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ, ਗੱਲ ਮੇਰੀ ਕਿਉਂ ਨੀ ਮੰਨਦਾ ਮਾਹੀ ਵੇ, ਜ਼ਿੰਦਗੀ ਹੈ ਤੇਰੇ ਨਾਲ ਤੂੰ ਮੇਰਾ ਏ ਪਿਆਰ, ਆ ਜਾ ਵੇ ਮਾਹੀ ਵੇ ਮੈਨੂੰ ਤੇਰਾ ਇੰਤਜ਼ਾਰ। ਸੋ ਹਾਂਜੀ, ਇਸ ਤੋਂ ਬਾਅਦ ਆਪਾਂ ਲਾਸਟ ਮੂਵਮੈਂਟ ਹੈ ਆਪਣੀ। ਸੋ ਪ੍ਰੈਜੀਡੈਂਟ ਸਰ ਉਹਨਾਂ ਤੋਂ ਆਪਾਂ ਵਿਦਾ ਲਵਾਂਗੇ ਅਤੇ ਸਰ ਹੋਰੀ ਦੋ ਸ਼ਬਦ ਬੋਲਣਗੇ ਅਤੇ ਉਸ ਤੋਂ ਬਾਅਦ ਆਪਾਂ ਗਾਣਾ ਚਲਾਵਾਂਗੇ ਅੱਧੀ ਛੁੱਟੀ ਸਾਰੀ ਅਤੇ ਫਿਰ ਸਾਰੇ ਬੱਚੇ ਆਪਾਂ ਇੰਜੋਏ ਕਰਾਂਗੇ। ਸੋ ਹਾਂਜੀ ਪ੍ਰੈਜੀਡੈਂਟ ਸਰ, ਦੋ ਸ਼ਬਦ ਪਲੀਜ਼। ਸੋ ਹਾਂਜੀ, ਅੱਜ ਬਿਪਲ ਜੋਸ਼ੀ ਜੀ ਆਪਣੇ ਸਕੂਲ ਦੇ ਵਿੱਚ ਅੱਧੀ ਛੁੱਟੀ ਸਾਰੀ ਦਾ ਪ੍ਰੋਗਰਾਮ ਲੈ ਕੇ ਆਏ ਹਾਂ। ਸਕੂਲ ਦੇ ਵਿੱਚ ਸਾਰੇ ਸਟਾਫ, ਸਾਰਾ ਬੱਚੇ, ਜਿੰਨੇ ਵੀ ਸਟਾਫ ਹੈ, ਜਿੰਨੇ ਵੀ ਸਟੂਡੈਂਟ ਆ, ਸਾਰਿਆਂ ਨੂੰ ਮੈਂ ਉਹਨਾਂ ਨੂੰ ਵੈਲਕਮ ਆਖਣਾ ਅਤੇ ਆਸ਼ੀਰਵਾਦ ਦਿੰਦਾ ਵੀ ਇਸ ਤਰ੍ਹਾਂ ਤਰੱਕੀਆਂ ਕਰਦੇ ਰਹਿਣ ਬੱਚੇ, ਔਰ ਸਟਾਫ ਹੈ ਜਿਹੜਾ ਸਾਡਾ ਠੀਕ ਪੜ੍ਹਾਉਂਦਾ ਰਹੇ। ਅੱਧੀ ਛੁੱਟੀ ਸਾਰੀ ਨਹੀਂ ਹੈ, ਮੈਂ ਇਹਨੂੰ ਪ੍ਰੋਗਰਾਮ ਕਹੂੰਗਾ ਸਾਰੀ ਛੁੱਟੀ ਤੋਂ ਬਾਅਦ ਅੱਧੀ ਛੁੱਟੀ। ਸਾਰੀ ਛੁੱਟੀ ਤਾਂ ਕਹਿਣ ਲੱਗਿਆ, ਅੱਜ 2 ਸਾਲ ਹੋ ਗਏ ਕੋਵਿਡ ਕਰੋਨਾ ਜਿਹੀ ਜੀ ਬਿਮਾਰੀ ਨੂੰ ਆਪਣੇ ਭਾਰਤ ਦੇ ਵਿੱਚ ਆਈ ਨੂੰ, ਜਿਹਦਾ ਸਾਰੇ ਦੇਸ਼ ਵਾਸੀਆਂ ਨੇ, ਤੁਸੀਂ ਸਕੂਲ ਵਾਲਿਆਂ ਨੇ, ਟੀਚਰਾਂ ਨੇ ਸਾਹਮਣਾ ਕੀਤਾ ਔਰ ਬਹੁਤ ਹੀ ਫੇਸ ਕੀਤਾ। ਅੱਜ ਸਾਰੀਆਂ 2 ਸਾਲ ਦੀਆਂ ਛੁੱਟੀਆਂ ਤੋਂ ਬਾਅਦ ਅੱਧੀ ਛੁੱਟੀ ਇਹ ਆਈ ਹੈ ਜਿਹੜੀ ਤੁਹਾਨੂੰ ਇੰਜੋਏ ਕਰਨ ਦਾ ਪ੍ਰੋਗਰਾਮ ਸਕੂਲ ਦੇ ਵਿੱਚ ਦਿੱਤਾ, ਇਹਦਾ ਬਹੁਤ ਹੀ ਮਹੱਤਵ ਹੈ। ਇਹ ਅੱਜ ਸਾਰੇ ਸਕੂਲਾਂ ਦੇ ਵਿੱਚੋਂ ਪਹਿਲਾ ਸਕੂਲ ਹੈ ਜਿਹੜਾ ਤੁਹਾਨੂੰ ਕਰੋਨਾ ਦੀ ਬਿਮਾਰੀ ਤੋਂ ਬਾਅਦ ਬਾਹਰ ਨਿਕਲ ਕੇ ਆ ਕੇ ਤੁਹਾਨੂੰ ਇੰਜੋਏ ਕਰਨ ਦਾ ਮੌਕਾ ਦਿੱਤਾ। ਅਤੇ ਅੱਜ ਇੰਨਾ ਹੀ ਇਹਦੇ ਵਿੱਚ ਜਿਹੜਾ ਸਟਾਫ ਹੈ ਇਹਨਾਂ ਨੇ ਬਹੁਤ ਹੀ ਯੋਗਦਾਨ ਰਿਹਾ ਤੁਹਾਨੂੰ ਪੜ੍ਹਾਉਣ ਦੇ ਵਿੱਚ। ਔਨਲਾਈਨ ਪੜ੍ਹਾਈ ਸੀਗੀ, ਉਹ ਔਨਲਾਈਨ ਪੜ੍ਹਾਈ ਦੇ ਵਿੱਚ ਬੱਚੇ ਟੈਲੈਂਟ ਹੁੰਦੇ ਨਹੀਂ, ਲੇਕਿਨ ਸਾਡੇ ਬੱਚੇ ਇੰਨੇ ਟੈਲੈਂਟ ਹੋਏ ਆ 2 ਸਾਲ ਦੀ ਪੜ੍ਹਾਈ ਦੇ ਵਿੱਚ ਵੀ, ਜਿਹਦਾ ਤੁਸੀਂ ਹਿਸਾਬ ਨਹੀਂ ਕੋਈ ਲਾ ਸਕਦਾ। ਬਾਕੀ ਸਕੂਲਾਂ ਦੇ ਵਿੱਚ ਪੜ੍ਹਾਈ ਜ਼ਰੂਰ ਹੁੰਦੀ ਹੈ,
हो सकता नंबर वध लैके जाने हुण, लेकिन साडे स्कूल की परफॉर्मेंस ये रही है भी जिन्ने बच्चे कनेडा च गए आ 85% बच्चे इतों साढ़े प्लस टू च 18 जिहड़ा बैच सी तो 85% बच्चे कनेडा चले गए और कुछ बड़िया बड़िया पोस्टा ने भी लगे। ये थोड़ा तो वेलकम थोड़ा तो स्टाफ रहा ही नतीजा मेहनत करन दा जिहड़ा थोड़े सामने है। सर साढ़े वालों एक टोकन ऑफ लव मैनेजमेंट कमेटी प्रेजिडेंट सतीश अग्रवाल जी वालों ये जो तुम आए सवेरे उदो फोटो क्लिक की है ये तो एक बार नाल आ जाओ जी।